पता नहीं कितने बह जी जाके, बस वो संतो बुढ़ी लवे बह जी जाके, ऐ नहीं भी रोटियां बना दा। वो संतो बुढ़ी लवे बैठी रहनी है जाके, कदे दा टाइम नाल रोटी बना लिया कर, जा देखो संतो बुढ़ी लवे। संतो बुढ़ी बीमार है, मैं उदी खबर लैन चले गई सी। मैं क्या खौरे बाद च टाइम लगे ना लगे, तेनू पता ही है मेरा टाइम है इदा दा ही लगता हुंदा। आहो तेरा टाइम कित्थे लगता, तू पटवारी लगी ना कहां ना, ऐ मैं ना लड़िया कर निक्की निक्की गल तो। दो रोटियां ही बनाउणियां, बना दनी आ, दो मिंट लगने आ। कित्थे अनपढ़ पले पै गई। आहो आप तां जिवें बीआ पास होवे, नाले मैं तेरे पले नहीं पई, पले तां मेरे तू पै गया। मर जे बचोला हो निक्का सिउं, जिने झूठ बोल के रिश्ता करवाता मेरा। ओ निक्का सिउं नूं क्यों गालां कढ़दियां, ਉਹਨੇ ਕੀ ਝੂਠ ਮਾਰਿਆ। ਮਰ ਜਾਣਾ ਮੇਰੇ ਪਿਓ ਨੂੰ ਕਹਿੰਦਾ, ਮੁੰਡੇ ਵਾਲਿਆਂ ਦੇ ਘਰੇ 10 ਮੱਝਾਂ ਖੜੀਆਂ, ਦੁੱਧ ਦਹੀਂ ਲੱਸੀ ਵਾਧੂ, 15 ਕਿੱਲੇ ਪੈਲੀ ਆਉਂਦੀ ਹੈ, 7 ਚੁੱਲ੍ਹਿਆਂ ਦੀ ਸਵਾਹ। ਓਏ ਕੋਈ ਗੱਲ ਹੈ ਭਲਾ, ਰਿਸ਼ਤਾ ਕਰਾਉਣ ਲੱਗੇ ਵਿਚੋਲੇ ਨੂੰ ਇੰਨਾ ਝੂਠ ਤਾਂ ਬੋਲਣਾ ਹੀ ਪੈਂਦਾ ਤਾਂ ਹੁੰਦਾ। ਇੰਨਾ ਵੀ ਨਹੀਂ ਬੋਲਦੇ ਅਖੇ, 10 ਮੱਝਾਂ। ਘਰੇ ਆ ਕੇ ਜਦੋਂ ਵਿਆਹੀ ਆਈ, ਮੈਨੂੰ ਤਾਂ ਉਦੋਂ ਪਤਾ ਲੱਗਾ ਕਿ ਅਮਰੀਕਨ ਇੱਕ ਗਾਂ ਖੜੀ ਆ। ਜਿਹੜੇ ਕੀਲੇ ਕਹਿੰਦਾ ਸੀ, ਉਹ ਪਸ਼ੂਆਂ ਨੂੰ ਬੰਨਣ ਵਾਲੇ ਕੀਲੇ ਗੱਡੇ ਹੋਏ ਸੀ। ਬਾਅਦ ਵਿੱਚ ਪਤਾ ਲੱਗਾ ਇਹ ਤਾਂ ਪੱਠੇ ਵੀ ਜਲ ਜਾਣੇ ਮੰਗ ਕੇ ਲਿਆਉਂਦੇ ਆ। ਲੈ ਕਰ ਲਾ ਗੱਲ, ਇਹ 'ਚ ਮੇਰਾ ਕੀ ਕਸੂਰ ਆ, ਪੈਲੀ ਤਾਂ ਹੈਗੀ ਤੀ 15-20 ਕਿੱਲੇ, ਉਹ ਮੇਰੇ ਦਾਦੇ ਪੜਦਾਦੇ ਨੇ ਵੇਚਤੀ, ਮੈਂ ਦੱਸ ਕੀ ਕਰਾਂ। ਆਹੋ ਵੇਚਤੀ ਪੈਲੀ ਤੇਰੇ ਦਾਦਿਆਂ ਪੜਦਾਦਿਆਂ ਨੇ, ਆ ਜਿੱਦਾਂ ਦਾ ਤੂੰ ਕੰਮ ਵਾਲਾ ਆ ਉੱਦਾਂ ਦੇ ਤੇਰੇ ਦਾਦੇ ਪੜਦਾਦੇ ਹੋਣਗੇ। ਚੱਲ ਤੂੰ ਮੇਰੇ ਦਾਦੇ ਪੜਦਾਦੇ ਦੇ ਕਾਹਨੂੰ ਸਿਰੇ ਫਰੋਲਣ ਲੱਗੀਆਂ। ਹੁਣ ਤੂੰ ਦੋ ਰੋਟੀਆਂ ਲਿਆ, ਮੇਰੀਆਂ ਭੁੱਖ ਨਾਲ ਨਾੜਾਂ ਇਕੱਠੀਆਂ ਹੋਈਆਂ ਪਈਆਂ ਨੇ, ਲਿਆਉਣੀ ਆ, ਬਹਿ ਜਾ ਠੀਕ ਹੋ ਕੇ। ਛੇੜ ਕੇ ਪੰਗੇ ਲੈ ਲੈ ਜੀ। ਸਤਿ ਸ੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ ਪੁੱਤਰਾ, ਸਤਿ ਸ੍ਰੀ ਅਕਾਲ। ਹੋਰ ਭਾਈ ਮਨਜੀਤ ਸਿੰਘ ਠੀਕ ਆ? ਹਾਂਜੀ ਤਾਇਆ ਜੀ, ਸਭ ਵਧੀਆ ਜੀ। ਆ ਦਲੀਪ ਕੁਰੇ, ਇੱਕ ਕੱਪ ਚਾਹ ਦਾ ਲਿਆਇਓ, ਆ ਮਨਜੀਤ ਆਇਆ। ਉਹ ਨਹੀਂ ਤਾਇਆ, ਉਹ ਚਾਹ ਤਾਂ ਮੈਂ ਘਰੋਂ ਪੀ ਕੇ ਆਇਆ। ਉਹ ਘਰਾਂ ਤੋਂ ਤਾਂ ਸਾਰੇ ਪੀ ਕੇ ਆਉਂਦੇ ਨੇ। ਹੈ ਹੋਰ ਸੁਣਾ ਗੱਲਬਾਤ, ਕਿਵੇਂ ਆਣੇ ਹੋਏ? ਬਸ ਤਾਇਆ, ਮੈਂ ਤਾਂ ਤੇਰਾ ਹਾਲ ਚਾਲ ਪੁੱਛਣ ਆ ਗਿਆ। ਅੱਛਾ ਅੱਛਾ, ਕਈ ਦਿਨ ਹੋ ਗਏ ਸੀ, ਜੀ ਕਰਦਾ ਸੀ ਤੇਰਾ ਹਾਲ ਚਾਲ ਪੁੱਛ ਕੇ ਆਵਾਂ। ਕਿਵੇਂ ਆ ਮਨਜੀਤ? ਸਤਿ ਸ੍ਰੀ ਅਕਾਲ ਤਾਈ ਜੀ। ਆਲੇ ਫੜ ਚਾਹ ਦਾ ਘੁੱਟ ਪੀ। ਹੋਰ ਸੁਣਾ, ਘਰ ਪਰਿਵਾਰ ਸਾਰਾ ਠੀਕ ਹੈ? ਹਾਂਜੀ ਤਾਈ ਜੀ, ਸਭ ਠੀਕ ਠਾਕ। ਬੜੇ ਦਿਨਾਂ ਬਾਅਦ ਗੇੜਾ ਮਾਰਿਆ। ਉਹ ਤਾਇਆ ਮੈਂ ਤਾਂ ਐਂ ਆਇਆ ਸੀ, ਸਾਡੀ ਲੱਗੀ ਆ ਸ਼ਰਤ, ਆਪਣਾ ਹੈਪੀ ਦੇ ਧਰਮਾਂ ਨਾ, ਇਹ ਕਹਿੰਦੇ ਤੁਹਾਡੇ ਮੁੰਡੇ ਦਾ ਵਿਆਹ ਕੈਨੇਡਾ ਹੋਇਆ। ਮੈਂ ਕਿਹਾ ਵੀ ਨਹੀਂ ਹੋਇਆ, ਸਾਡੀ 5,000 ਦੀ ਸ਼ਰਤ ਲੱਗੀ ਹੈ, ਮੈਂ ਤਾਂ ਆਹੀ ਪਤਾ ਕਰਨ ਆਇਆ ਸੀ। ਪੁੱਤ ਫਿਰ ਤਾਂ ਤੂੰ ਸ਼ਰਤ ਹਾਰ ਗਿਆ, ਆਪਣੇ ਦੀਪੇ ਨੂੰ ਤਾਂ 4.5 ਸਾਲ ਹੋ ਗਏ ਵਿਆਹ ਕਰਵਾਏ ਨੂੰ, ਸੁੱਖ ਨਾਲ 3.5 ਸਾਲ ਆ, 3 ਸਾਲ ਦਾ ਤਾਂ ਉਹਦਾ ਜਵਾਕ ਹੋ ਚੱਲਾ। ਅੱਛਾ ਅੱਛਾ ਤਾਈ, ਇਹਦਾ ਮਤਲਬ ਤਾਂ ਮੈਂ ਸ਼ਰਤ ਹਾਰ ਗਿਆ। ਉਹ ਭਾਈ ਮਨਜੀਤ, ਦੀਪੇ ਨੂੰ ਨਾ ਉੱਥੇ ਪੱਕਾ ਹੋਣ ਵਾਸਤੇ ਵਿਆਹ ਕਰਾਉਣਾ ਪੈ ਗਿਆ, ਤੈਨੂੰ ਪਤਾ ਹੀ ਆ ਕੈਨੇਡਾ 'ਚ ਪੱਕਾ ਹੋਣਾ ਕਿੰਨਾ ਔਖਾ ਹੈ ਕਿ ਨਾ। ਹੋਰ ਕੀ, ਸ਼ਰਤ ਤਾਂ ਤੂੰ ਹਾਰ ਗਿਆ ਤਾਈ ਜੀ। ਆ ਦੀਪੇ ਦਾ ਜਿਹੜੀ ਕੁੜੀ ਨਾਲ ਵਿਆਹ ਹੋਇਆ ਉਹ ਵੀ ਕੈਨੇਡਾ ਦੀ ਹੈ? ਉਹ ਭਾਈ ਜਿਹੜੇ ਤਾਂ ਕੁੜੀ ਦੇ ਮਾਂ ਬਾਪ ਨੇ ਉਹ ਤਾਂ ਹੈਗੇ ਨੇ ਹੋਰਾਂ ਦੇ, ਪੰਜਾਬ ਦੇ, ਅਤੇ ਕੁੜੀ ਦਾ ਜਨਮ ਹੈਗਾ ਕੈਨੇਡਾ ਦਾ, ਬੰਦੇ ਪੱਕੇ ਪੰਜਾਬੀ ਨੇ। ਅੱਛਾ ਤਾਂ ਹੈ, ਪਰ ਮੈਨੂੰ ਐਂ ਦੱਸੋ ਵੀ ਦੀਪੇ ਦੇ ਘਰ ਲਈ ਅੰਗਰੇਜ਼ੀ ਬੋਲਦੀ ਆ ਕਿ ਪੰਜਾਬੀ ਬੋਲਦੀ ਹੈ? ਉਹ ਹੋਰ ਕੇ ਭੋਜਪੁਰੀ ਬੋਲੂਗੀ, ਪੰਜਾਬੀ ਉਹ ਬੋਲੂਗੀ। ਉਹ ਦੀਪਾ ਦੱਸਦਾ ਹੁੰਦਾ ਮੈਨੂੰ, ਤੁਹਾਡੀ ਨੂੰ ਨਾ ਪੂਰੀ ਵਧੀਆ ਪੰਜਾਬੀ ਬੋਲਦੀ ਆ, ਆਪਣੇ ਦੇਖ ਲਓ, ਮਾੜੀ ਮਾੜੀ ਗੱਲ 'ਤੇ ਅੰਗਰੇਜ਼ੀ ਫਸਾ ਦਿੰਦੇ ਨੇ। ਓਕੇ ਥੈਂਕ ਯੂ, ਗੱਲ ਨਹੀਂ ਬਾਤ ਨਹੀਂ, ਉਹ ਤਾਂ ਬਹੁਤ ਸਾਫ਼ ਸੁਥਰੀ ਪੰਜਾਬੀ ਬੋਲਦੀ ਆ ਬਾਈ। ਠੀਕ ਆ ਤਾਇਆ, ਫਿਰ ਤਾਂ ਵਧੀਆ, ਦੀਪੇ ਨੂੰ ਆਪਣੇ ਨੂੰ ਬਹੂ ਵੀ ਕੈਨੇਡਾ ਵਾਲੀ ਮਿਲੀ ਅਤੇ ਮਿਲ ਵੀ ਪੰਜਾਬਣ ਗਈ। ਉਹ ਪੁੱਤਰਾ, ਇਹਦਾ ਸਭ ਰੱਬ ਦੀਆਂ ਬਣਾਈਆਂ ਹੋਈਆਂ ਜੋੜੀਆਂ ਨੇ,
दीपे ने कनेडा जाना सी ਉਹ ਕੁੜੀ ਦਾ ਦੀਪੇ ਨਾਲ ਲਗਨ ਹੋਣਾ ਦੀ ਹੈ ਬਸ ਮਨਜੀਤ ਪੁੱਤ ਤੂੰ ਵੀ ਕੈਨੇਡਾ ਚਲੇ ਜਾ ਹਾਂ ਤਾਈ ਕੋਸ਼ਿਸ਼ ਤਾਂ ਬਹੁਤ ਕਰ ਰਿਹਾ ਬਾਕੀ ਜੇ ਦਾਣਾ ਪਾਣੀ ਰਲਿਆ ਹੋਇਆ ਤਾਂ ਜ਼ਰੂਰ ਚਲਾ ਜਾਊਂਗਾ ਮੈਂ ਦੀਪੇ ਨੂੰ ਕਹੂੰਗੀ ਵੀ ਤੇਰੇ ਵਾਸਤੇ ਵੀ ਕੁੜੀ ਲੱਭੇ ਬਥੇਰੀਆਂ ਮਿਲ ਜਾਂਦੀਆਂ ਨੇ ਉੱਥੇ ਕੁੜੀਆਂ ਤੂੰ ਵੀ ਵਿਆਹ ਕਰਵਾ ਕੇ ਸੁੱਖ ਨਾਲ ਉੱਥੇ ਪੱਕਾ ਹੋ ਜਾਈਂ ਤਾਈ ਜੀ ਹਰ ਕੋਈ ਤੁਹਾਡੇ ਵਾਂਗੂ ਨਹੀਂ ਸੋਚਦਾ ਅੱਜ ਕੱਲ੍ਹ ਤਾਂ ਹਰੇਕ ਬੰਦਾ ਨਾ ਆਪਣਾ ਉੱਲੂ ਸਿੱਧਾ ਕਰਨ ਨੂੰ ਫਿਰਦਾ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੇਰੇ ਬਾਰੇ ਇੰਨਾ ਸੋਚਦੇ ਹੋ ਵੈਸੇ ਦੀਪਾ ਬਾਈ ਆ ਕਦੋਂ ਰਿਹਾ ਕੈਨੇਡਾ ਤੋਂ ਊਂ ਤਾਂ ਬਹੁਤ ਟਾਈਮ ਹੋ ਗਿਆ ਉਹਨੂੰ ਗਏ ਨੂੰ ਇੱਕ ਅੱਧੀ ਵਾਰੀ ਆ ਕੇ ਮਿਲ ਜਾਂਦਾ ਪੁੱਤ ਆ ਦੀਪਾ ਆਪਣੀ ਬਹੂ ਤੇ ਜਵਾਕ ਲੈ ਕੇ ਕੱਲ੍ਹ ਪਰਸੋਂ ਨੇ ਆ ਰਿਹਾ ਮੈਂ ਵੀ ਬਾਂਸੋ ਨੂੰ ਬੁਲਾ ਕੇ ਘਰ ਦੀਆਂ ਸਫਾਈਆਂ ਸਫੂਈਆਂ ਕਰਨ ਲੱਗੀ ਸੀ ਚੱਲ ਚੰਗਾ ਤਾਇਆ ਮੈਂ ਚੱਲਦਾ ਜਦੋਂ ਦੀਪਾ ਬਾਈ ਆ ਗਿਆ ਨਾ ਫਿਰ ਮਿਲਣਾ ਊਂ ਫਿਰ ਬੈਠਾਂਗੇ ਤੇ ਨਾਲੇ ਕਰਾਂਗੇ ਗੱਲਾਂ ਠੀਕ ਆ ਚੰਗਾ ਤਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਭਾਈ ਆ ਰੋਟੀ ਬਣਾਵਾ ਹਾਏ ਓਏ ਮੇਰਾ ਰੱਬਾ ਹਲੇ ਕਸਰਾ ਕੋਈ ਅਜੇ ਵੀ ਪੁੱਛੀ ਜਾਂਦੀ ਆ ਉਹ ਮੇਰਾ ਤਾਂ ਜੀ ਕਰਦਾ ਨਾ ਮੈਂ ਪ੍ਰਾਂ ਚ ਬਿਆ ਕੱਚਾ ਟਕਾ ਜਾ ਉਹ ਭੁੱਖ ਨੇ ਮੇਰੀਆਂ ਆਂਦਰਾਂ ਇਕੱਠੀਆਂ ਕਰੀਆਂ ਮੇਰੇ ਤੂੰ ਕਹਿੰਦੀ ਰੋਟੀ ਬਣਾਵਾ ਜਾ ਬਣਾ ਜਾ ਕੇ ਬਣਾ ਦਿੰਨੀ ਆ ਉਈ ਚੀਕੀ ਜਾਂਦਾ ਜ਼ੋਰ ਲਾਈ ਜਾਂਦਾ ਸਤਿ ਸ਼੍ਰੀ ਅਕਾਲ ਤਾਈ ਵੇ ਸਤਿ ਸ਼੍ਰੀ ਅਕਾਲ ਵੇ ਕਿੱਧਰੋਂ ਆਉਣਾ ਮਨਜੀਤ ਮੈਂ ਤਾਂ ਤਾਏ ਬਲਦੇਵ ਕੇ ਗਿਆ ਸੀ ਅੱਛਾ ਵੇ ਕੀ ਗੱਲ ਹੋ ਗਈ ਬਲਦੇਵ ਦੇ ਉਹ ਨਾ ਨਾ ਤਾਈ ਉਹ ਗੱਲ ਕੀ ਹੋਣੀ ਆ ਮੈਂ ਤਾਂ ਉਈ ਹਾਲ ਚਾਲ ਪੁੱਛਣ ਬਹਿ ਗਿਆ ਅੱਛਾ ਮੈਂ ਕਿਹਾ ਕਿਤੇ ਬਿਮਾਰ ਹੈ ਉਈ ਨਾ ਚੜ੍ਹਾਈ ਚੜੂਈ ਕਰ ਗਿਆ ਹੋਵੇ ਉਹ ਨਾ ਨਾ ਤਾਈ ਉਹ ਬਲਦੇਵ ਤਾਂ ਚੰਗਾ ਭਲਾ ਹੈ ਉਹ ਮੈਂ ਤਾਂ ਬਸ ਉਈ ਆਉਂਦਾ ਆਉਂਦਾ ਹੀ ਬਹਿ ਗਿਆ ਵੇ ਦੱਸ ਦੇ ਮੈਂ ਕਿਹੜਾ ਦੱਸਦੀ ਹਾਂ ਕਿਸੇ ਨੂੰ ਉਹ ਤਾਈ ਗੱਲ ਤਾਂ ਕੁਛ ਨਹੀਂ ਉਹ ਤਾਂ ਤਾਏ ਬਲਦੇਵ ਦੇ ਮੁੰਡੇ ਦੀਪੇ ਨੇ ਨਾ ਕੈਨੇਡਾ ਵਿਆਹ ਕਰਵਾ ਲਿਆ ਮੈਂ ਤਾਂ ਬਸ ਆਹੀ ਪੁੱਛਣ ਗਿਆ ਸੀਗਾ ਵੀ ਗੱਲ ਸੱਚੀ ਆ ਕਿ ਝੂਠੀ ਆ ਨਹੀਂ ਮੈਂ ਮਰ ਜਾ ਨਹੀਂ ਨਹੀਂ ਲੋਕ ਕਿੰਨੇ ਸਿਆਣੇ ਹੋ ਗਏ ਖਰਚਾ ਬਚਾਉਣ ਦੀ ਮਾਰੀ ਮੁੰਡਾ ਕੈਨੇਡਾ ਹੀ ਵਿਆਹ ਤਾ ਵੀ ਇੱਧਰ ਕਿਤੇ ਲੋਕਾਂ ਨੂੰ ਖਵਾਉਣਾ ਨਾ ਪੈ ਜੇ ਵਾਹਿਗੁਰੂ ਵਾਹਿਗੁਰੂ ਵੇ ਲੋਕ ਤਾਂ ਬਲਾਈ ਤੇਜ਼ ਨੇ ਭਾਈ ਪਤਾ ਨਹੀਂ ਤਾਈ ਮੈਨੂੰ ਤਾਂ ਵੇ ਤੈਨੂੰ ਕੀ ਪਤਾ ਹੋਣਾ ਦਲੀਪੋ ਆਪ ਤਾਂ ਲੋਕਾਂ ਦੇ ਘਰੇ ਜਾ ਕੇ ਪਕੌੜਿਆਂ ਦੀ ਪਲੇਟ ਭੂੰਗ ਵਾਂਗੂ ਭਰ ਲੈਂਦੀ ਤੀ ਹੁਣ ਆਪਦੀ ਮੇਰੀ ਮੁੰਡੇ ਦਾ ਵਿਆਹ ਕੈਨੇਡੀਓ ਹੀ ਕਰਤਾ ਸੱਚਿਓ ਹੀ ਭਾਈ ਬਾਹਲੀ ਤੇਜ਼ ਆ ਅੱਛਾ ਤਾਈ ਨਾ ਤਾਈ ਦਲੀਪੋ ਇੰਨਾ ਖਾ ਲੈਂਦੀ ਹੈ ਤੇਰੇ ਭਰਾ ਜੱਗੇ ਦੇ ਵਿਆਹ 'ਚ ਮੈਂ ਖੁਦ ਦੇਖਿਆ ਪਕੌੜਿਆਂ ਦੀ ਪਲੇਟ ਨਾ ਉੱਪਰ ਤੱਕ ਭਰ ਰੱਖੀ ਸੀ ਖਾਧੇ ਜਾਣ ਨਾ ਔਖੀ ਹੋਈ ਜਾਵੇ ਮੈਨੂੰ ਕਹਿੰਦੀ ਬਚਨੀ ਹੈ ਲੈ ਤੂੰ ਖਾ ਲੈ ਮੈਂ ਤਾਂ ਉਹਦੀ ਜਵਾਬ ਦਿੱਤਾ ਮੈਂ ਕਿਹਾ ਨਾ ਦਲੀਪੋ ਮੈਂ ਤਾਂ ਰੱਜੀ ਹੋਈ ਹਾਂ ਅੱਛਾ ਤਾਈ ਫੇਰ ਵੇ ਫੇਰ ਕੀ ਅੱਧੀ ਪਲੇਟ ਆਈ ਸੱਟਤੀ ਫਿਰ ਪਰਾਂ ਮੂੰਹ ਕਰ ਲਿਆ ਬਥੇਰੀ ਔਖੀ ਹੋਈ ਤਾਈ ਆਹ ਤਾਂ ਬਹੁਤ ਗਲਤ ਆ ਜੇ ਚੀਜ਼ ਨਹੀਂ ਖਾਧੀ ਜਾਂਦੀ ਪਹਿਲੀ ਪੂਰੀ ਪੂਰੀ ਪਾ ਲਓ ਸਿੱਟਣੀ ਜ਼ਰੂਰ ਆ ਆਈ ਤਾਂ ਮੈਂ ਕਹਿੰਦੀ ਹਾਂ ਕਈ ਬੰਦਿਆਂ ਦਾ ਢਿੱਡ ਤਾਂ ਭਰਿਆ ਹੁੰਦਾ ਪਰ ਨੀਤ ਜਮਾ ਹੀ ਨਹੀਂ ਕਦੇ ਰੱਜਦੀ ਇਹ ਤਾਂ ਗੱਲ ਤੇਰੀ ਬਿਲਕੁਲ ਸੱਚੀ ਹੈ ਵੀ ਮੈਂ ਤਾਂ ਪੁੱਤ ਸੱਚੀਆਂ ਹੀ ਗੱਲਾਂ ਕਰਦੀ ਹਾਂ ਪਰ ਕਈਆਂ ਦੇ ਨਾ ਬਚਨੀ ਦੀਆਂ ਗੱਲਾਂ ਨਾਗ ਵਾਂਗੂ ਲੜਦੀਆਂ ਨੇ ਹਾਂ ਤਾਈ ਸੱਚੀ ਗੱਲ ਨਾ ਕਈਆਂ ਦੇ ਸੱਪ ਵਾਂਗੂ ਲੜਦੀ ਹੈ ਬੇ ਮਨਜੀਤ ਭਲਾ ਉਹਨਾਂ ਦੇ ਦੀਪੇ ਨੇ ਕਦੋਂ ਆਉਣਾ ਉਹ ਤਾਈ ਉਹ ਤਾਂ ਕੱਲੇ ਆ ਰਿਹਾ ਬੇ ਮਨਜੀਤ ਬਹੂ ਉਹਨਾਂ ਦੀ ਇੱਧਰਲੀ ਹੈ ਕਿ ਉੱਧਰਲੀ ਹੈ ਮੇਰਾ ਮਤਲਬ ਗੋਰੀ ਹੈ ਕਿ ਪੰਜਾਬਣ ਤਾਈ ਦੀਪੇ ਦੀ ਬਹੂ ਤਾਂ ਕੈਨੇਡਾ ਦੀ ਜੰਮਪਲ ਆ ਆਹ ਤਾਇਆ ਬਲਦੇਵ ਦੱਸਦਾ ਸੀ ਕਹਿੰਦਾ ਪਰ ਪੰਜਾਬੀ ਪੂਰੀ ਵਧੀਆ ਬੋਲਦੀ ਆ ਬੇ ਚੱਲ ਫੇਰ ਤਾਂ ਵਧੀਆ ਜਦੋਂ ਦੀਪਾ ਆ ਗਿਆ ਨਾ ਮੈਂ ਜ਼ਰੂਰ ਮਿਲ ਕੇ ਆਊਂਗੀ ਹਾਂ ਤਾਈ ਤੂੰ ਜ਼ਰੂਰ ਮਿਲੀ ਚੱਲ ਚੰਗਾ ਤਾਈ ਮੈਂ ਚੱਲਦਾ ਮੈਨੂੰ ਥੋੜ੍ਹਾ ਜਿਹਾ ਕੰਮ ਆ ਪਿੰਡ 'ਚ ਚੱਲ ਚੰਗਾ ਭਾਈ ਮੇਰੇ ਤਾਂ ਆਪ ਬੇਸਾਬੇ ਕੰਮ ਪਏ ਨੇ ਮੈਂ ਤੂੰ ਹੀ ਦੋ ਘੜੀਆਂ ਖੜ ਗਈ ਚੰਗਾ ਤਾਈ ਸਤਿ ਸ਼੍ਰੀ ਅਕਾਲ ਚੰਗਾ ਸਤਿ ਸ਼੍ਰੀ ਅਕਾਲ ਮੇਰਾ ਤਾਂ ਆਪ ਇੰਨਾ ਕੰਮ ਪਿਆ
देखी अज पूरे 5 साल बाद मेरे दीपे ने आना। मेरा तो सच्ची बाला ही जी करी जांदा मैनू मेरे अपने पुत नू देखण नू। पता नहीं अपना दीपा किवें दा देखदा होना। ओ सच्ची गल आ दिलीप करे, ओ बंदे दा चेहरा मोहरा तो साल दो साल च बदल जांदा। दीपे नू तां फिर भी 5 साल हो गए घरां तों गए नू। सच्ची मेरा तो बाला ही जी अतावला होया पिया। ओ जी किदा नहीं करदा लात नू देखण नू, मेरा तां जी करदा देखण नू। है आ गेट ते गड्डी किधर गया, आ देखी जाके किधी आ। मैं देख के आनी आ जी। हां हां देख जाके। ये तो मोहने की गड्डी आई है। मैं क्या खरे दीपे हुणी आ गए। कोई नहीं कितने नेड़े तेड़े होने आ जाणगे। हाँ आ गए। वो तो मोहने की गड्डी आई सी। चल कोई ना आ जाते ने। मेरा ना मन बड़ा काला पई जांदा। वो चल घर ही आणगे ये आणगे। है तू ऐ घर पानी तो नहीं पीला, कोई नहीं घबराया कर दे। बेबे बापू ओ आ गेट तो खोल दो। दीपी दी बाजा आ गई मैं लग दिया। हाँ चल जा ओ तेल चक छेती। मैं तेल कॉली च पानी है। हाँ छेती कर छेती, मैं गेट खोलदा। खड़ जा मेरा पुत, मैं तेल चौनी है। ਹੋਰ ਪੁੱਤ ਮੱਥਾ ਟੇਕਦਾ ਬੀਬੀ। ਰਾਜੀ ਰਹਿ, ਤੈਨੂੰ ਦੇਖ ਕੇ ਤਾਂ ਮੇਰੇ ਕਾਲਜੇ ਠੰਡ ਪੈ ਗਈ। ਮੱਥਾ ਟੇਕਦਾ ਬਾਪੂ। ਹਾਂ ਜਿਉਂਦਾ ਰਹਿ। ਹੋ ਠੀਕ ਠਾਕ? ਹਾਂ ਸਭ ਵਧੀਆ। ਆ ਆ ਫੜੋ ਬੀਬੀ। ਇਹ ਸਵੀਟੀ, ਸਵੀਟੀ ਇਹ ਮੇਰੇ ਬੇਬੇ, ਇਹ ਮੇਰੇ ਬਾਪੂ ਜੀ। ਸਤਿ ਸ਼੍ਰੀ ਅਕਾਲ। ਰਾਜੀ ਰਹਿ ਪੁੱਤ। ਜਿਉਂਦੀ ਰਹਦੀ ਹੈ। ਉਹ ਹੁਣ ਉਰੀ ਖੜਾਈ ਰੱਖੀਂਗੀ ਆ ਜਵਾਕ ਨੂੰ ਮੈਨੂੰ ਫੜਾ ਦੇ। ਆ ਜਾ ਪੁੱਤ। ਪੁੱਤ ਹਾਂ ਸੁਣੇ ਨਿਰਾਈ ਦੀਪਾ ਜਮਾ ਦੀਪੇ ਵਰਗਾ ਛੋਟਾ ਹੁੰਦਾ ਦੀਪਾ ਇਹਦੇ ਵਰਗਾ ਹੁੰਦਾ ਸੀ ਗੋਲ ਮਟੋਲ ਜਿਹਾ। ਚਲੋ ਆ ਜਾਓ ਹੁਣ ਉਰੀ ਖੜੇ ਰਹੋਗੇ। ਚਲੋ ਆ ਜਾਓ ਤੁਸੀਂ ਚਲੋ ਆ ਜਾਓ। ਮੈਂ ਸਮਾਨ ਲੈ ਕੇ ਨਾ ਗੱਡੀ 'ਚੋਂ ਆ ਲੈ ਜਾ ਲਿਆ ਮੈਨੂੰ ਫੜਾ। ਆ ਜਾ ਪੁੱਤ ਅੰਦਰ ਅਟੈਚੀ ਵੀ ਕਰੋ। अंदर रख दे समान। ओ अंदरले कमरे च धरे आई। आ जा पुत आ जा। होर सुना पुत, ठीक ठाक आया तू? हाँ ठीक ठाक आ गया बेबे। तेरा सफर किवें रहा? बहुत बढ़िया रहा सफर। होर पुत तू ठीक है? हाँ जी मम्मी जी। होर बापू ठीक हो तुसी? हाँ पुत बहुत बढ़िया, तू सुना जी। लग गया तेरा उत्थे? पहला घट लगता सी, फिर लग गया सी। बेबे भुख बहुत लगी है, रोटी लिया दो। मैं सोचा राज की रुकांगे, बेबे दे हाथ दी रोटी खावांगे। कोई ना पुत मैं ले आउनी है। चल आए घर, पहला पानी तो दे जवाका नू। आ ले पुत। बापू 5 सालों पिंड बहुत बदल गया, सारे घर कोठियां जो बदल गए और सामने भी नवी कोठी बन रही है। बस की दसा तेनों, लोगों की आमदनी घट गई, जमीन बेच के कोठियां पाई जाते हैं, बड़े बड़े ट्रैक्टर खरीद लेते हैं, जमीन घटी जाए ने, खर्चे बधी जाते हैं, पिंड तो बदली हो जाता। पुत की नाम रखे पुत बेटे का? ਇਹਦਾ ਪੋਪਲੀ ਰੱਖਿਆ। ਹਾਂ ਮੇਰਾ ਪੋਪਲੂ। ਹਾਂ ਕਿੱਥੇ ਆ ਗਿਆ? ਪੰਜਾਬ ਆ ਗਿਆ। ਲਓ ਪੁੱਤ ਪਾਣੀ ਪੀਓ ਪਹਿਲਾਂ। ਸੱਚੀ ਕਿੰਨਾ ਸਵੀਟ ਆ, ਸਵੀਟ ਆ। ਲਿਆ ਅੱਜ ਵਾਕ ਫੜਾ ਮੈਨੂੰ। ਸੰਤ ਐਂ ਦੀ ਵੀ ਕੈਨੇਡਾ ਜਾਂ ਪੈਪਾਂ ਨਾਲ ਪਾਣੀ ਪੀਂਦੇ ਨੇ। ਤੁਸੀਂ ਇੱਧਰ ਆਓ ਜੀ,
दो मिनट मेरी गल सुनो। हाँ हाँ चलो तुसी बैठो। कोई नहीं हाँ। मैं ऐ कहती सी चाह नाल जवाकां नू की देना, बर्फी भी पई है मटर भी पई है। ओए आही कुछ दे दे, होर जवाकां नू खड़क बणीए ताए। सिद्धी गल तां तुसी करियो ना कदे। ओए ओ तां तैनू भी पता वी चाह नाल की दे करदे आ। नाले मेरी गल सुन लै, जिन्ने दिन बहू ते मुंडा इत्थे आ हिसाब नाल गल करी मेरे नाल। होरे बहू कनेडा जाके कहे बे भाई साड़ी तो चंगी तरह आओ भगत नहीं की, मेरा तो सस सहुरा लड़दे ही बड़े ने। ओ तू अपनी जबान से भी काबू रखी कि तू हर गल ते मैनू भज भज पई जावे। बापू साढ़े कोल बह जाओ। हाँ हाँ आया पुत, आ जवाक मैनू फड़ा, जवाकों ते चाह बनी जा। बना लैनी है चाह, तू उट पटांग गल्ला ना करी जाई जवाकों सामने, तेरा पता कख नहीं। जे तू हिसाब नाल बोलूंगा तो मैं भी हिसाब नाल बोलूंगी। आ गया पुत, चलिया बनाउनी है चाह। चलो ऐ करो चाह अंदर बैठ के पीने। चलो आ जाओ अंदर, एसी लगे हुआ। आ गई चाह, आ रख उरे। आ जा बेबी बह जा, बहुत गल्लां करनी तेरे नाल। पुत गल्लां तां असी भी तेरे नाल बहुत करनियां। आ चाह फड़ा पहला जवाकों। आ चक दे ढक्कन इन्हां दे, लै पुत इह तां ग्रीन टी पींदी है। कोई गल नहीं जी, लै पुत। होर पुत मैं तां आप तेरे नाल बहुत सारियां गल्लां करनियां। ओ मैं भुल गया पुत, पोते दा नां की रख्या? अस तां बापू इहनूं पोपली कहिंदे आ। पोपली? पोपली पोपली? वो यार आ की ना हो, वो कोई चंगा जना हो रख दे, में जगिंदर सिंह, माला सिंह, टैला सिंह, ऐने ना होने। उन तो इधर नाम बदी या, परमिंदर सिंह बराड़ नाम है इधर। अच्छा। पर कनेडा जनु पोपली हो कहने आ, वो थे इधर नॉलेज ना टाइम ही नहीं का लोग कोले, सुबह का मते शाम का मते, रोटी खाने का टाइम नहीं का लोग कोले, पर कनेडा जनु नॉलेज ना कोना, सारा कुछ शॉर्ट ही चलता है, बस इस करके पोपली कह देने। पुत आ कोई ना आ इत्थे ना लई इह नां नूं, इत्थे ना पोपली पापली कहो, आ लोकां ने तां अल पालणी आ पोपलियां के। इहदा असली नां लिओ परमिंदर सिंह बराड़। हाँ बेबे जे तू कनेडा आ गई ना, तेरा नाम भी ना दलीपो नहीं डिंपी कहा करनगे, ते बापू तेनू बलदेव नहीं बैली कहा करनगे। डिंपी बड़ा वैली सिंह, कुत्ते दे कदे सोटी नहीं मारी, बनिया फिरदा वैली सिंह। बे पुत आ तेरी बहू दा की नाम है? बेबे इहदा नाम स्वीटी है। ओ दीपिया हुण इह भी दस दे भाई वी स्वीटी दा मायना की हुंदा। स्वीटी दा मतलब तां मिठी हुंदा। अच्छा मिठा जिवें अपनी चाह च मिठा हुंदा। चलो ठीक ओवें मिठा। नाउ च की रखिया, चाहे मिठी कह लो चाहे स्वीटी कह लो। डैड जी तुसी कुछ मर्जी कह लो मेनू, चाहे स्वीटी चाहे मिठी। कुड़े बहू इन्नी खुल ना दे इहनू, इहने तां तैनू मिठीए करदा फिरना। ले दस इहनू तां तू अपना पक्का नां दस दे। नो नो डैडी जी, मेरा रियल नेम तां सतविंदर कौर है। चलो भाई ठीक है, नौ दस स्वीटी भी माड़ा नहीं पर सतविंदर कौर बाला सोहना नौ आ। वैली सिंह जी बाहर आ जाओ, चाह का कप बाहर ही आके पी लो, जवाका ने आराम भी करना, सफर तो आए है। चलो डैम्पी जी मैं आया। मच्छरिया होया, चल आ जा जवाका ने आराम करना। तुम चाह पी लो पोपली बेटा, आ आ चाह पी ला। आ नाले ले जाने असी, असी पोपली नू बाहर ले जाने। चल चल। ओ बल्ले 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 मेरा पोपलू। मम्मी जी बार बैग पिया, इहदे डायपर बदल दियो। हुण मम्मी नूं की पता डायपरां दा, तू आप ही बदलनी चाह पी के। कोई ना जी, पर मम्मी नूं डायपर दा नहीं पता, इन्नी देसी है मम्मी।
ਇੰਨੀ ਦੇਸੀ ਹੈ, ਇੱਥੇ ਤਾਂ ਪੋਤੜੇ ਕਹਿੰਦੇ ਨੇ, ਡਾਈਪਰ ਨਹੀਂ। ਪੋਤੜੇ ਉਹ ਕੀ ਹੁੰਦੇ ਨੇ? ਉਹ ਤੈਨੂੰ ਨਹੀਂ ਪਤਾ ਲੱਗਣਾ, ਉਹੀ ਡਾਈਪਰ ਹੁੰਦੇ ਨੇ, ਦੇਸੀ ਡਾਈਪਰ। ਓਏ ਹਾਏ ਮਜੀਤਿਆ, ਓਏ ਆਪਣੀ ਸ਼ਰਦਾ ਕੀ ਬਣਿਆ? ਦੀਪੇ ਦੇ ਵਿਆਹ ਨਹੀਂ ਲਾਈ ਦੀ ਆਪਾਂ ਨੇ, ਉਹ ਕਰ ਲਿਆ ਕੁਛ ਪਤਾ ਕਿ ਨਹੀਂ? ਹਾਂ ਹਾਂ ਬਾਈ ਕਰ ਲਿਆ ਪਤਾ, ਉਹ ਤੁਸੀਂ ਜਿੱਤ ਗਏ, ਤੁਹਾਡੀ ਗੱਲ ਜਮ੍ਹਾਂ ਸੱਚੀ ਹੈ। ਉਹ ਤੈਨੂੰ ਕਿਹਾ ਸੀ ਨਾ ਵੀ ਵਿਆਹ ਕਰਵਾਇਆ ਹੋਇਆ ਦੀਪੇ ਨੇ, ਤੂੰ ਤਾਂ ਉਹੀ ਜੀਦੀ ਗਿਆ ਯਾਰ ਮੇਰੇ ਨਾਲ। ਓਏ ਭਰਾਵੋ, ਉਹ ਦੀਪੇ ਨੇ ਤਾਂ ਵਿਆਹ ਕਰਾਏ ਨੂੰ 5 ਸਾਲ ਹੋ ਗਏ, ਪਰ ਮੈਨੂੰ ਨਹੀਂ ਪਤਾ ਸੀ ਇਹ ਗੱਲ ਦਾ। ਉਹ ਵੀ ਜਿੱਤਿਆ, ਉਹ ਪਿੰਡ 'ਚ ਰਹਿਣਾ ਕਿ ਸੁਪਨੇ 'ਚ ਅਮਰੀਕਾ ਤੁਰੀ ਫਿਰੀ ਜਾਂਦਾ, ਜਿਹੜਾ ਤੈਨੂੰ ਪਤਾ ਹੀ ਨਹੀਂ, ਹੱਦ ਹੋਊਗੀ। ਓਏ ਹੁਣ ਤੂੰ ਸਰਤ ਹਾਰ ਗਿਆ ਮਨਜੀਤੇ, ਉਹ ਮੰਨ ਗਿਆ ਹਾਰ, ਹੁਣ ਤਾਂ ਤੂੰ ਤਾਂ ਵੈਸੇ ਹੀ ਜਿੱਦੀ ਜਾਂਦਾ ਸੀ ਯਾਰ। ਓਏ ਹਾਂ ਬਾਈ ਮੈਂ ਹਾਰ ਮੰਨ ਗਿਆ। ਤੂੰ ਚੁੱਪ ਕਰਕੇ ਨਾ ਸ਼ਾਮ ਨੂੰ, ਇੱਕ ਦੇਸੀ ਮੁਰਗਾ ਇੱਕ ਅੰਗਰੇਜ਼ੀ ਦੀ ਬੋਤਲ, ਇਹਦਾ ਇੰਤਜ਼ਾਮ ਕਰ ਲਈ ਬਾਈ, ਇਹ ਤੇਰੀ ਜ਼ਿੰਮੇਵਾਰੀ ਹੈ। ਉਹ ਕਿਸੇ ਪਾਸੇ ਲੰਘ ਨਾ ਜਾਈ ਬਹਾਨਾ ਮਾਰ ਕੇ, ਅਸੀਂ ਸ਼ਾਮ ਨੂੰ ਤੇਰੇ ਲਵੇ ਆ ਜਾਣਾ। ਉਹ ਧਰਮੇ, ਉਹ ਮੇਰੇ ਦਿਮਾਗ 'ਚ ਇੱਕ ਆਈਡੀਆ। ਉਹ ਦੇਖ ਮਜੀਤੇ, ਬਹਾਨਾ ਨਾ ਮਾਰੀ ਬਾਈ, ਮੁੱਕਰੀ ਨਾ। ਉਹ ਯਾਰ ਪਹਿਲਾਂ ਸੁਣ ਤਾਂ ਲਓ। ਚੱਲ ਦੱਸ, ਮੇਰੇ ਵਾਲੀ ਪਾਰਟੀ ਤਾਂ ਮੇਰੇ ਤੋਂ ਜਦੋਂ ਮਰਜ਼ੀ ਲੈ ਲਓ, ਜੇ ਮੈਂ ਅੱਜ ਸ਼ਾਮ ਵਾਲਾ ਇੰਤਜ਼ਾਮ ਤੁਹਾਡਾ ਕਿਤੇ ਹੋਰ ਕਰਦੇ ਹਾਂ ਫਿਰ ਤਾਂ ਮੰਨਦੇ ਹੋ? ਉਹ ਕਿਵੇਂ ਹੋਏ? ਬਲਦੇਵ ਤਾਏ ਦਾ ਮੁੰਡਾ ਦੀਪਾ ਕੈਨੇਡਾ ਤੋਂ ਆਇਆ ਨਾ, ਸ਼ਾਮੀ ਅੱਜ ਉਹਦੇ ਕੋਲ ਚੱਲਦੇ ਹਾਂ। ਸ਼ਾਮ ਨੂੰ ਗੋਡੇ ਰਹਿ ਗਏ, ਚਲੋ ਫਿਰ। ਓਏ ਬਾਲਿਆ ਕਾਲਿਆ, ਪਹਿਲਾਂ ਗੱਲ ਤਾਂ ਸੁਣ ਲਿਆ ਕਰ, ਗੱਲ ਸਾਲੇ ਪੂਰੀ ਸੁਣਦੇ ਨਹੀਂ, ਪਹਿਲਾਂ ਹੀ ਬੋਲੀ ਜਾਣਗੇ। ਉਹ ਚੱਲ ਹੁਣ ਸੁਣਾ ਲਾ, ਤੂੰ ਸੁਣਾ ਲਾ, ਉਹ ਠੰਮੇ ਨਾਲ ਸੁਣਾ ਲਾ, ਦੱਸ ਕੀ ਗੱਲ ਆ? ਉਹੀ ਪਾਣੀ 'ਚ ਵਧਾਉਣੀ ਪਈ ਆ, ਸੁਣਾ ਹੁਣ। ਉਹ ਛੇਤੀ ਦੱਸਣ ਨੂੰ ਕੀ ਸਾਲੇ ਅੱਗ ਵਜਾਉਣੀ ਆ ਤੈਂ, ਇੱਥੋਂ ਉੱਠ ਕੇ ਤਾਂ ਉੱਥੇ ਤਾਂ ਸਾਲੇ ਕੋਲ ਜਾ ਬੈਠਣਾ, ਹੋਰ ਦੱਸ ਤੈਂ ਕੀ ਕਰਨਾ, ਐਵੇਂ ਗੱਲਾਂ ਮਾਰੀ ਜਾਣਾ। ਉਹ ਯਾਰ ਮਨੀਤੇ, ਯਾਰ ਹੁਣ ਗੱਲ ਵੀ ਦੱਸ ਦੇ ਕੀ ਆ, ਹੈ? ਆ ਲਓ ਧਿਆਨ ਨਾਲ ਸੁਣੋ ਮੇਰੀ ਗੱਲ, ਆਪਾਂ ਸ਼ਾਮ ਨੂੰ ਚੱਲਾਂਗੇ ਦੀਪੇ ਦੇ ਘਰੇ, ਦੀਪੇ ਦਾ ਹਾਲ ਚਾਲ ਪੁੱਛਣ, ਨਾਲੇ ਬਹਾਨੇ ਨਾਲ ਕੈਨੇਡਾ ਵਾਲੀ ਭਾਬੀ ਦੇ ਕੇ ਆਵਾਂਗੇ। ਉਹ ਸਾਲੇ ਉਹ ਤੁਹਾਨੂੰ ਭਰਜਾਈ ਦੀ ਪਈ ਆ, ਮੈਂ ਥੋੜਾ ਸ਼ਾਮ ਦਾ ਹੀਲਾ ਕਰਦਾ ਫਿਰਦਾ। ਹਾਂ ਠੀਕ ਆ, ਉਹ ਚੱਲ ਅੱਗੇ ਦਾ ਦੱਸ। ਨਾਲੇ ਨਾ ਕਿਸੇ ਦੇ ਘਰੇ ਐਂ ਮਾੜੀ ਅੱਖ ਨਹੀਂ ਰੱਖੀ ਦੀ ਹੁੰਦੀ, ਦੂਜੀ ਗੱਲ ਜਦੋਂ ਆਪਾਂ ਉਹਨਾਂ ਦੇ ਘਰੇ ਜਾ ਕੇ ਬਹਿ ਗਏ, ਉਹ ਕਹਿਣਗੇ ਭਾਈ ਬਹਿ ਜਾਓ ਅਸੀਂ ਚਾਹ ਬਣਾਉਂਦੇ ਹਾਂ। ਉਹ ਯਾਰ ਆਪਾਂ ਚਾਹ ਚੂਹ ਨਹੀਂ ਪੀਣੀ। ਉਹ ਯਾਰ ਚਾਹ ਕਿਹੜੇ ਕੰਜਰ ਨੇ ਪੀਣੀ ਆ, ਪੂਰੀ ਗੱਲ ਤਾਂ ਸੁਣ ਲਾ ਪਹਿਲਾਂ। ਉਹ ਕਹਿਣਗੇ ਭਾਈ ਚਾਹ ਪੀ ਲਓ, ਆਪਾਂ ਕਹਾਂਗੇ ਵੀ ਭਾਈ ਅਸੀਂ ਚਾਹ ਨਹੀਂ ਪੀਂਦੇ, ਫਿਰ ਉਹ ਕਹਿਣਗੇ ਭਾਈ ਬਹਿ ਜਾਓ, ਫਿਰ ਆਪਾਂ ਕਹਾਂਗੇ ਨਹੀਂ ਅਸੀਂ ਚੱਲੇ ਜੀ, ਫਿਰ ਉਹ ਕਹਿਣਗੇ ਜੇ ਚਾਹ ਨਹੀਂ ਪੀਣੀ ਤਾਂ ਤੁਹਾਡਾ ਮਾਣ ਤਾਣ ਹੋਰ ਕਰ ਦਿੰਦੇ ਹਾਂ। ਉਹ ਬਸ ਬਸ ਸਮਝ ਗਿਆ ਮੈਂ ਸਕੀਮ ਤੇਰੀ ਸਾਰੀ। ਹਾਂ ਹਾਂ ਉਹ ਫਿਰ ਦੀਪੇ ਨੇ ਸੋਚਣਾ ਵੀ ਚਾਹ ਤਾਂ ਪੀਂਦੇ ਨੇ, ਉੱਤੋਂ ਟਾਈਮ ਆਥਣ ਦਾ, ਇਹਨਾਂ ਨੂੰ ਕੁਛ ਹੋਰ ਪਿਲਾ ਦਿੰਦੇ ਹਾਂ। ਉਹ ਫਿਰ ਦੀਪੇ ਨੇ ਆਪਾਂ ਨੂੰ ਪੁੱਛਣਾ, ਭਾਈ ਬੈਠੋ ਜੇ ਭਾਈ ਤੁਸੀਂ ਚਾਹ ਨਹੀਂ ਪੀਣੀ ਕੁਛ ਹੋਰ ਨਹੀਂ ਖਾਣਾ, ਵੀ ਮੈਂ ਕੈਨੇਡਾ ਤੋਂ ਬੋਤਲ ਲੈ ਕੇ ਆਇਆ ਅਤੇ ਤੁਸੀਂ ਇੱਕ ਇੱਕ ਪੈਗ ਲਓ, ਬਸ ਫਿਰ ਨਹੀਂ ਆਪਾਂ ਨਾ ਕਰਨੀ, ਫਿਰ ਤਾਂ ਬਾਈ ਫੁੱਲ ਨਜ਼ਾਰਾ ਆਜੂ। ਹਾਂ ਮੰਨਦੇ ਹੋ ਫਿਰ? ਐਨ ਦੇਖ ਲਓ ਸਕੀਮ ਪੂਰੀ ਤਕੜੀ ਲਾਈ ਹੈ, ਸਕੀਮ ਤਕੜੀ ਹੈ ਮੇਰੇ ਯਾਰ। ਦੇਖੋ ਜਿਸ ਟਾਈਮ ਉਹਨੇ ਬੋਤਲ ਲਿਆ ਕੇ ਰੱਖਤੀ, ਆਪਾਂ ਉਸੇ ਟਾਈਮ ਪਊਆ ਪਊਆ ਸੱਟਣਾ ਅੰਦਰ ਅਤੇ ਬੋਤਲ ਦਾ ਥੱਲਾ ਦੇਖਣ ਲਾ ਦੇਣਾ। ਉਹ ਹਾਂ ਮਜੀਤੇ, ਕੈਨੇਡਾ ਵਾਲੇ ਪੀ ਕੇ ਨੇ ਆ ਜਾਓ ਬਾਈ, ਜਿਹੜੇ 20 ਸਾਲ ਪਹਿਲਾਂ ਬਾਹਰੋਂ ਆਉਂਦੇ ਸੀ ਨਾ ਉਹ ਬੜੀ ਸੇਵਾ ਕਰਵਾਉਂਦੇ ਸੀ, ਪਰ ਆਪਾਂ ਅੱਜ ਉਹਨਾਂ ਤੋਂ ਸੇਵਾ ਕਰਾਉਣੀ ਆ। ਓ ਯਾਰ ਮਨਜੀਤੇ, ਕੈਨੇਡਾ ਵਾਲੇ ਦੀ ਸੇਵਾ ਪਹਿਲੀ ਕਰਦੇ ਤੇ ਲੋਕ, ਹੁਣ ਨਹੀਂ ਕੋਈ ਕਰਦਾ ਹੈਗਾ। ਉਹ ਹੁਣ ਤਾਂ ਇਹਨਾਂ ਦੇ ਵਿਆਹ ਢੰਗਾਂ 'ਤੇ ਕੋਈ ਕਿਲੋ ਦੁੱਧ ਨਹੀਂ ਫੜਾ ਕੇ ਆਉਂਦਾ। ਉਹ ਮੈਂ ਸਮਝ ਗਿਆ ਯਾਰ ਸਾਰੀ ਗੱਲ, ਆਪਾਂ ਬਦਲਾ ਲੈਣਾ ਬਦਲਾ। ਹਾਂ ਧਰਮੇ, ਜਿਹੜੀ ਆਪਣੇ ਪਿਓ ਦਾਦਿਆਂ ਤੋਂ ਇਹਨਾਂ ਨੇ ਸੇਵਾ ਕਰਵਾਈ ਆ ਨਾ ਉਹੀ ਇਹ ਤੋਂ ਕਰਾਉਣੀ ਆਪਾਂ ਨੇ। ਉਹ ਬਾਈ ਮਨਜੀਤ, ਉਹ ਸ਼ਾਮ ਨੂੰ ਕੁਛ ਖਾਈਏ ਪੀਏ ਤਾਂ ਨਾ ਫਿਰ, ਪਾਰਟੀ ਪੱਕੀ ਆ ਨਾ। ਓਏ ਨਾ ਨਾ, ਆਪਾਂ ਤਾਂ ਕਾਜੂ ਬਦਾਮਾਂ ਨਾਲ ਪੀਣੀ ਆ। ਓਏ ਜੇ ਇੱਥੇ ਖਾ ਪੀ ਲਿਆ ਫਿਰ ਉੱਥੇ ਕੀ ਖਾਵਾਂਗੇ, ਆਪਾਂ ਤਾਂ ਉਹਨਾਂ ਦੇ ਕਾਜੂ ਬਦਾਮਾਂ ਨਾਲ ਪੀਣੀ ਆ, ਸਮਝੇ? ਉਹ ਯਾਰ ਮੇਰੀ ਗੱਲ ਸੁਣ, ਜਿਹੜਾ ਬੋਤਲ 'ਚ ਬੂਆ ਬਚ ਗਿਆ ਨਾ ਉਹ ਆਪਾਂ ਛੱਡਣੀ ਨਹੀਂ, ਖਤਮ ਕਰਕੇ ਆਵਾਂਗੇ, ਥੱਲਾ ਹੇਟਾ ਲਾ ਕੇ ਆਉਣਾ ਉਹਦਾ ਆਪਾਂ। ਲੱਗਦਾ ਤੁਹਾਨੂੰ ਉਹ ਗਾਣਾ ਨਹੀਂ ਸੁਣਿਆ ਹੈਗਾ।
खाली करके मंजी दे थले रोड़ देंगे रोड़ देंगे ओए कंजरो ओ इन्ने भी बेसाबरे ना होयो ओए सोच के चलियो ओए आपां एक बोतल नहीं ओए आपां कई बोतल रोड़ देनी ने ते मेरी गल सुनो हुण कोई बहाना ना ला दियो ते शाम नूं टाइम नाल पहुंच जांगे भाई मैं थोनू उत्थे ही मिलूं ठीक है ना ते नाले कुछ खा पी के नहीं आउणा उहनां दे घर ही खावांगे ਉਹ ਖਾਣਾ ਪੀਣਾ ਕੀ ਆ ਅਸੀਂ ਨੇ ਘਰੇ ਉਹ ਦੀਪ ਦੇ ਘਰੇ ਚੱਲੇ ਆ ਉੱਥੇ ਜਾ ਕੇ ਰੱਜਾਂਗੇ ਉਹ ਦੀਪ ਦੇ ਘਰੇ ਡੱਕਾਂਗੇ ਫੁੱਲ ਡਾਫ ਲਾ ਕੇ ਆਵਾਂਗੇ ਤੂੰ ਟੈਂਸ਼ਨ ਨਾ ਲੈ ਚਲੋ ਠੀਕ ਆ ਮੈਂ ਚੱਲਦਾ ਹੈਂ ਤੇ ਸ਼ਾਮ ਨੂੰ ਤੁਸੀਂ ਟਾਈਮ ਨਾਲ ਪਹੁੰਚ ਉਹ ਚੱਲ ਚੰਗਾ ਚੱਲਦੇ ਹਾਂ ਅਸੀਂ ਕਿਹੜਾ ਮੱਕੀ ਦੀ ਗੁੱਡਣੀ ਆ ਉਰੇ ਆਪਾਂ ਇਕੱਠੀ ਚੱਲਦੇ ਹਾਂ ਸਾਰੇ ਚਲੋ ਫਿਰ ਚਲੋ ਮੁੰਡਿਓ ਆ ਜਾਓ ਫਿਰ ਸਵੀਟੀ ਕਰ ਲਿਆ ਆਰਾਮ हाँ जी मॉम जी मैं कहा चाह वाले कप चक लिया ओके जी होर पुत आ भला तेरे भैन भाई माँ प्यो सब ठीक ने यस मॉम सब बढ़िया पुत गुस्सा तो करी ना मैं उई पुछन लग पई बस ए दस दे पुत तू कनेडा च काम की कर दी है मॉम जी बस ए फॉर्म ते काम कर दी है फॉर्म ਇਹ ਕੀ ਹੁੰਦਾ ਪੁੱਤ ਕੰਮ ਕਾਹਦਾ ਕਰਦੇ ਆ ਪੁੱਤ ਫਾਰਮ ਚ ਫਾਰਮ ਮੀਨਸ ਕੀ ਕਹਿੰਦੇ ਨੇ ਪੰਜਾਬੀ ਚ ਹਾਂ ਖੇਤਾਂ ਚ ਕੰਮ ਕਰਦੀ ਆ ਹਾਏ ਮੈਂ ਮਰ ਜਾ ਖੇਤਾਂ ਚ ਕੰਮ ਕਰਦੀ ਆ ਜਿਵੇਂ ਆਪਣੇ ਇੱਧਰ ਮਜ਼ਦੂਰ ਕਰਦੇ ਨੇ ਕੰਮ ਖੇਤਾਂ ਚ ਯਾ ਮੰਮੀ ਸੇਮ ਸੇਮ ਫਿਰ ਤਾਂ ਤੂੰ ਝੋਨਾ ਲਾਉਣਾ ਵੀ ਜਾਣਦੀ ਹੋਣੀ ਆ ਝੋਨਾ ਝੋਨਾ ਮੀਨਸ ਮਮਾ ਆ ਚੌਲ ਲੂਣ ਵਾਲੇ ਅੱਛਾ ਅੱਛਾ ਮਮਾ ਰਾਈਸ ਨਹੀਂ ਨਹੀਂ ਮੋਮ ਉੱਥੇ ਰਾਈਸ ਨਹੀਂ ਹੁੰਦੇ ਅੱਛਾ ਫਿਰ ਤੂੰ ਖੇਤਾਂ 'ਚ ਕੀ ਕਰਨ ਜਾਂਦੀ ਹੈ ਮੋਮ ਅਸੀਂ ਉੱਥੇ ਖੇਤਾਂ 'ਚ ਜਿਵੇਂ ਚੈਰੀਜ ਸਟ੍ਰਾਬਰੀ ਮਿਰਚਾਂ ਇਹ ਸਭ ਤੋੜਦੇ ਹਾਂ ਹਾਏ ਨਹੀਂ ਮੈਂ ਮਰ ਜਾਂ ਨੀ ਜੇ ਕਿਸੇ ਨੂੰ ਪਿੰਡ ਚ ਪਤਾ ਲੱਗ ਗਿਆ ਬਚਨੀ ਵਰਗੀ ਨੂੰ ਇਹਨਾਂ ਦੀ ਨੂੰ ਖੇਤਾਂ ਚ ਮਿਰਚਾਂ ਤੋੜਦੀ ਐ ਸਾਰੇ ਪਿੰਡ ਚ ਡੌਂਡੀ ਪਿੱਟ ਦੂ ਕਿ ਬਰਾੜਾਂ ਦੀ ਨੂੰ ਖੇਤਾਂ ਚ ਦਿਹਾੜੀ ਕਰਦੀ ਐ ਮੋਮ ਜੀ ਮੈਂ ਕੱਲੀ ਥੋੜੀ ਨਾ ਉੱਥੇ ਮਿਰਚਾਂ ਤੋੜਦੀ ਆ ਉੱਥੇ ਬਹੁਤ ਸਾਰੇ ਪੰਜਾਬਣਾਂ ਨੇ ਜਿਹੜੀਆਂ ਉੱਥੇ ਖੇਤਾਂ ਚ ਕੰਮ ਕਰਦੀਆਂ ਨੇ ਅੱਛਾ ਚੱਲ ਫੇਰ ਵੀ ਪੁੱਤ ਤੂੰ ਇੱਥੇ ਕਿਸੇ ਨੂੰ ਦੱਸੀ ਨਾ ਵੀ ਤੂੰ ਉੱਥੇ ਮਿਰਚਾਂ ਤੋੜਨ ਦਾ ਖੇਤਾਂ 'ਚ ਕੰਮ ਕਰਦੀ ਆ ਬਚਣੀ ਵਰਗੀ ਨੂੰ ਤਾਂ ਬਿਲਕੁਲ ਨਹੀਂ ਬਸ ਤੂੰ ਇਹ ਕਹਿਣਾ ਜੇ ਕੋਈ ਆਂਢ ਗੁਆਂਢ 'ਚੋਂ ਮਿਲਣ ਆਵੇ ਨਾ ਬਈ ਮੈਂ ਤਾਂ ਸਰਕਾਰੀ ਨੌਕਰੀ ਕਰਦੀ ਆ ਨਹੀਂ ਮੰਮੀ ਜੀ ਇੱਥੇ ਝੂਠ ਬੋਲਣ ਦੀ ਕੀ ਲੋੜ ਆ ਸੱਚੀ ਗੱਲ ਤਾਂ ਹਮੇਸ਼ਾ ਸੱਚੀ ਹੁੰਦੀ ਆ ਉਹ ਪੁੱਤ ਤੈਨੂੰ ਜੋ ਕਹਿਤਾ ਨਾ ਤੂੰ ਉਹੀ ਕਹੀ ਬਸ ਤੂੰ ਉਹਨੂੰ ਸੱਚ ਨਹੀਂ ਦੱਸਣਾ ਠੀਕ ਹੈ ਓਕੇ ਮੰਮਾ ਜੀ ਚੰਗਾ ਮੰਮੀ ਪੋਪਲੀ ਪੋਪੀ ਤਾਂ ਤੇਰੇ ਪਾਪੇ ਨਾਲ ਸੁੱਤਾ ਪਿਆ ਕੁੜੇ ਉਹ ਤਾਂ ਇੰਨਾ ਸਾਡੇ ਨਾਲ ਖੇਡਿਆ ਮੂਤ ਕਰਤਾ ਇੱਕ ਵਾਰੀ ਆ ਡਾਇਪਰ ਲੱਗਾ ਸੀ ਆ ਉਹ ਤਾਂ ਪਤਾ ਨਹੀਂ ਪੁੱਤ ਐਡੀ ਕੁ ਝੱਗ ਜਿਹੀ ਲੱਗੀ ਪਈ ਸੀ ਉਹ ਮੈਂ ਪਰਾਂ ਲਾ ਕੇ ਸੁੱਟਤੀ ਆ ਚੇਪੀਆਂ ਚੇਪੀਆਂ ਜਿਹੀਆਂ ਵਾਲੀ ਮੰਮੀ ਜੀ ਉਹ ਡਾਇਪਰ ਹੁੰਦਾ ਅੱਛਾ ਹੱਗਿਆ ਤਾਂ ਹੈ ਨਹੀਂ ਸੀ ਵਿੱਚ ਉਦਾਂ ਸੋਰੀ ਮੰਮਾ ਜੀ ਕਿਵੇਂ ਸਮਝਾਵਾਂ ਤੁਹਾਨੂੰ ਮੂੰਹ ਤੇ ਕੀਤਾ ਸੀ ਉਹ ਮੈਂ ਲਾਤਾ ਕੋਈ ਗੱਲ ਨਹੀਂ ਆ ਮੈਂ ਕੱਚੀ ਪਾਤੀ ਉਹਦੇ ਉੱਪਰ ਦੀ ਠੀਕ ਹੈ ਜੀ ਚੰਗਾ ਇੰਨੇ ਦੇਸੀ ਨੇ ਮੋਮ ਜੀ ਡਾਇਪਰ ਦਾ ਨਹੀਂ ਪਤਾ ਪਤਾ ਨਹੀਂ ਕਿਵੇਂ ਕੱਢੂੰਗੀ ਇੰਨਾ ਟਾਈਮ ਇੱਥੇ ਦੇਪੇ ਤੂੰ ਸਹੀ ਕਹਿ ਨਾ ਪੰਜਾਬ ਇਹਨਾਂ ਪੰਜਾਂ ਸੱਤਾਂ ਸਾਲਾਂ 'ਚ ਬਹੁਤ ਬਦਲ ਗਿਆ ਸਹੀ ਕਹਿਣਾ ਬਾਪੂ ਮੈਂ ਤੈਂ ਸੀ ਕਨੇਡਾ ਅਤੇ ਅਮਰੀਕਾ ਰਹਿਣ ਵਾਲੇ ਲੋਕ ਜ਼ਿਆਦਾ ਸਵਾਰਥੀ ਨੇ ਪਰ ਹਾਲ ਤਾਂ ਉਰੇ ਬਹੁਤਾ ਚੰਗਾ ਨਹੀਂ ਉਹ ਪੁੱਤਰਾ ਕਦੇ ਟਾਈਮ ਹੁੰਦਾ ਸੀ ਲੋਕ ਆਪਣੇ ਆਂਢੀ ਗੁਆਂਢੀ ਦੀ ਵੀ ਸ਼ਰਮ ਕਰਿਆ ਕਰਦੇ ਸੀ ਹੁਣ ਤਾਂ ਜਿਹਨੂੰ ਵੀ ਕੁਛ ਕਹੋ ਅੱਗੋਂ ਸੂਹੀ ਕੁੱਤੀ ਮੰਗੋ ਪੈਂਦਾ ਬਾਪੂ ਇੱਥੇ ਫਿਰ ਵੀ ਫਰਕ ਹੈ ਕਨੇਡਾ ਅਮਰੀਕਾ ਦਾ ਹਾਲ ਤਾਂ ਉੱਥੇ ਹਵਾ ਕੁਛ ਹੋਰ ਤਰੀਕੇ ਦੀ ਹੈ ਉੱਥੇ ਜਵਾਕ ਆਪਦੇ ਮਾਂ ਪਿਓ ਨੂੰ ਮਾਂ ਪਿਓ ਨਹੀਂ ਸਮਝਦੇ ਅਤੇ ਮਾਂ ਪਿਓ ਜਵਾਕ ਨੂੰ ਨਹੀਂ ਸਮਝਦੇ
किसी को इन्ना टाइम ही नहीं है। सवेरे काम कर लिया, डालर कमा ले, फिर खा लिया, बस आही जिंदगी है। लोग तो जमें पत्थर दे हो गए, उत्थे तो जमें चिट्टा हो गया, उधर दे लोग तो हुण पत्थर दी होए पए ने, इत्थे उन्होंने खून का रंग लाल सी, उत्थे तो जमें चिट्टा हो गया। दिप्य पुत, हुण तां रब ही रखा लोगों का, वो साढ़े वेले का चाचे ताए भी जवाकों ने घूर दें दी, हर कोई गुस्सा नहीं करता थी, हुण कोई नहीं मानता किसी की, हुण तो सके माँ प्यो के गल पै जाते हैं, हुण जे कोई समझा ना, हुण तो समय ही बहुत बदल गया बापू, समय के नाल नाल इंसान भी बदल गया, नाले बदलना तो फितरत दुनिया की। चल छेती चली मजीत। ओ हाँ हाँ चलते हाँ, वो पहला हैप्पी तो बुला ला, कितने रह गया वो? वो आ जाता, वो नहीं रहा खाए बिना, वो तो सड़ा खाण पीन का चासड़ूगा चासड़ू। वो तो मैनू पता, उन्हें फोन मिला, मेरे साले नू किन्ने बारी कहा भी टाइम ते आ जा कर। वो या कीदा आ गया। हैलो, ओ हाँ तरमे, वो हैप्पी, वो साले कितने मर गए तू? छेती आया साले, आप तो पहले लेट हुए पे हैं। वो आ रहे हैं बस, कुंडा लान लग गया थी। वो मेरी गल सुन, कुछ खा पी के नहीं, वो भुखे ढिड नहीं, उत्थे ही खावे फिर, वो उत्थे ही रज रुज के आवे। वो साले कितने खाना, मैं तो सवेर का पानी भी नहीं पीता कनेडा दारू के चक्कर च, मैं सोचा उत्थे ही खावे काजू बदम, उत्थे रज के खावे तो छेती कर। ठीक आ, दीपे के घर को पहुंचे असी, तू लंबी ढंग कर ला, आ जा करा। हाँ हाँ चल, तू उ आ रहा मैं। ਉਹ ਦਾਰੂ ਪਿੱਛੇ ਤਾਂ ਉਹ ਦੋ ਦਿਨ ਰੋਟੀ ਛੱਡ ਦੇ, ਲਾਲਚੀ ਬਹੁਤ ਆ ਦਾਰੂ ਦਾ ਉਹ। ਚੱਲ ਚੱਲ ਚਲਾ ਚੱਲੀ ਆ ਜਾ। ਸ਼ਰਾਬੀ ਨਾ ਹੋ ਜਾ, ਦੇਖ ਕੇ ਲਾਇਓ ਪੈਗ ਪੁੱਗ। ਮੈਨੂੰ ਪਤਾ ਸਾਰਾ, ਉਹ ਕਰੀਆ ਤਾਇਆ। ਓਏ ਆ ਜਾਓ ਆ ਜਾਓ ਭਾਈ, ਕਿਹੜੇ ਆ, ਆ ਜਾਓ। ਓਏ ਕਰੀਆ, ਚਲੋ ਆ ਜਾਓ ਆ ਜਾਓ, ਚਲੋ ਫਿਰ ਆ ਜਾਓ ਲੰਘੇ। ਸਤਿ ਸ਼੍ਰੀ ਅਕਾਲ ਤਾਇਆ ਜੀ। दीपे नू मिलन वास्ते आए हां। हां हां भाई आया होया, मैं आवाज मारदा। ओ दीपे, ओ बारा माड़ा जिहा मुंडा तेनू मिलन वाले, ओ आ जा भाई छेती। ਕੀ ਹਾਲ ਆ ਮਨਜੀਤ? ਉਹ ਕੀ ਹਾਲ ਆ ਬਾਈ ਦੀਪੇ? ਵਧੀਆ ਭਰਾ, ਤੂੰ ਦੱਸ। ਉਹ ਕਿਵੇਂ ਆ? ਕਿਵੇਂ ਦਾ ਹੋਇਆ ਪਿਆ ਤੂੰ? ਉਹ ਬਸ ਬਾਈ, ਤੈਨੂੰ ਪਤਾ ਹੀ ਆ ਸਾਡਾ ਹਾਲ ਤਾਂ ਇਹੋ ਜਿਹੀ ਹੈ। ਹੋਰ ਧਰਮੇ ਕਿੱਦਾਂ? ਬਸ ਵਧੀਆ ਦੀਪੇ, ਤੂੰ ਸੁਣਾ। ਹੋਰ ਹੈਪੀ? ਸਤਿ ਸ਼੍ਰੀ ਅਕਾਲ ਬਾਈ, ਹੋਰ ਠੀਕ ਆ? ਹਾਂ ਹਾਂ ਠੀਕ ਹਾਂ। ਅੱਛਾ ਬਹਿ ਜਾ। ਹੈਪੀ, ਧਰਮੇ ਤੁਸੀਂ ਕਿਵੇਂ ਹੋ ਯਾਰ? ਮੈਂ ਕਹਿੰਦਾ ਜਮਾਂ ਵਧੀਆ ਬਾਈ, ਜਮਾਂ ਸਿਰਾ ਬਾਈ। ਹੋਰ ਦੱਸ, ਕਨੇਡਾ ਵਧੀਆ ਚੱਲੀ ਜਾਂਦਾ? ਬਹੁਤ ਸੋਹਣਾ। ਸ਼ੁਕਰ ਆ ਸ਼ੁਕਰ ਆ। ਕਨੇਡਾ ਕਿਹੜਾ ਰੁਕਦਾ? ਹੋਰ ਮਨਜੀਤ, ਹੋਰ ਦੱਸ, ਚਾਚਾ ਚਾਚੀ ਕਿਵੇਂ ਨੇ? ਹਾਂ ਪੂਰਾ ਵਧੀਆ, ਐਨ ਨਜ਼ਾਰੇ ਸਿਰੇ ਲਾ ਰੱਖੀ ਆ। ਮੈਂ ਨਾ ਚਾਹ ਬਣਵਾਉਣਾ, ਤੁਸੀਂ ਬੈਠੋ ਬਸ। ਉਹ ਯਾਰ ਦੀਪੇ, ਅਸੀਂ ਚਾਹ ਨਹੀਂ ਪੀਣੀ, ਅਸੀਂ ਤੈਨੂੰ ਮਿਲਣ ਆਇਆ ਸਪੈਸ਼ਲ। ਉਹ ਬੈਠੋ ਯਾਰ ਬੈਠੋ, ਮਸਾਂ ਤਾਂ ਮਿਲੇ ਯਾਰ। ਉਹ ਨਹੀਂ ਨਹੀਂ ਦੀਪੇ ਯਾਰ, ਉਹ ਚਾਹ ਨੂੰ ਤਾਂ ਕੀ ਹੈ, ਚਾਹ ਪੀ ਕੇ ਜਾਇਓ, ਬਸ ਪੰਜ ਮਿੰਟ ਲੱਗਣੇ। ਓਏ ਨਾ ਨਾ ਬਾਈ, ਚਾਹ ਦੀ ਖੇਚਲ ਨਾ ਕਰੀ। ਕੁਛ ਨਹੀਂ ਹੁੰਦਾ, ਉਹ ਚੱਲ ਚਾਹ ਕੇ ਅੜਦਿਆ ਪੀ ਲਓ। चल ठीक है, होर सुना? सब वधिया भाई, बैठो पांच मिनट बैठो। पी लो भाई, ले आ गई चाह। ले पुत्र चाह पी लो, मिठा घाटी पाया हुआ है। फट ला, चुको चुको पी लो जा। ओ पी लो। मिठा घाटी पाया, घट ठीक रहा, मिठा था बीमारी का घर है। वो यार दीपे, चाह तो तेने खेचा ही करी यार, ऐसा तेन हूँ मिलना आए थे। चाह च मिठा भाई सामने भी घट करता, अब जितना दीपा कनेडो आया ना, है ये घट पीता, सानू भी घट पीने की आदत पैगी। नाले एक गल होर भी है भाई, नाले तो शुगर शागर नहीं होंगे, नाले गोटे गोटे नहीं दिखते, है ना? ये तो गल तेरी ठीक है ताया, मिठा तो घट ठीक रहा। मनजीत,
ਅਸੀਂ ਨਾ ਇੱਕ ਰਿਸ਼ਤੇਦਾਰੀ ਜਾ ਕੇ ਆਉਣਾ, ਆਪਾਂ ਕਦੇ ਫਿਰ ਬੈਠਾਂਗੇ, ਨਾਲੇ ਬਹੁਤ ਗੱਲਾਂ ਕਰਨੇ ਤੇਰੇ ਨਾਲ, ਅੱਜ ਸਾਨੂੰ ਜ਼ਰੂਰੀ ਜਾਣਾ ਪੈਣਾ। ਚੱਲ ਠੀਕ ਹੈ ਬਾਈ ਦੀਪੇ, ਤੁਸੀਂ ਵੀ ਜਾਓ ਅਤੇ ਆਪਾਂ ਫਿਰ ਮਿਲਦੇ ਹਾਂ ਕਦੇ, ਠੀਕ ਆ? ਚੱਲ ਚੰਗਾ ਤਾਇਆ। ਚੱਲ ਠੀਕ ਆ ਬਾਈ, ਮੈਂ ਤੁਹਾਨੂੰ ਵੀ ਕਹਿੰਦਾ ਵੀ ਮਿੱਠਾ ਮੁੱਠਾ ਘੱਟ ਕਰ ਦਿਉ ਤੁਸੀਂ ਵੀ, ਹੁਣ ਕੱਲ੍ਹ ਨੂੰ ਗੋਡੇ ਗੋਡੇ ਦੁੱਖਣ ਲੱਗੇ, ਔਖਾ ਹੋ ਜੂ, ਮਿੱਠਾ ਘੱਟ ਹੀ ਪੀਆ ਕਰੋ। ਆਹੋ ਤਾਇਆ, ਇਹ ਵੀ ਗੱਲ ਠੀਕ ਆ। ਹਾਂ ਚੰਗਾ ਤਾਇਆ, ਸਤਿ ਸ਼੍ਰੀ ਅਕਾਲ। ਠੀਕ ਆ ਬਾਈ। ਚੰਗਾ ਬਾਈ ਦੀਪੇ। ਚੰਗਾ ਬਾਈ, ਫਿਰ ਮਿਲਦੇ ਹਾਂ। ਠੀਕ ਆ ਬਾਈ। ਚੰਗਾ ਵੀਰੇ। ਚੰਗਾ, ਚੱਲ ਚੰਗਾ ਤਰਮੇ, ਫਿਰ ਮਿਲਾਂਗੇ। ਮਿੱਠਾ ਘਟਾ ਦਿਓ ਜਮੀ। ਹਾਂ ਆਸੀ ਨਾ ਜਾਣਾ ਕੱਲ ਨੂੰ, ਗੱਲ ਤੋਂ ਮਿੱਠਾ ਬੰਦ। ਉਹ ਗੱਲ ਸੁਣੋ, ਨਾ ਤੂੰ ਤਾਂ ਕਹਿੰਦਾ ਸੀਗਾ ਵੀ ਕਨੇਡਾ ਵਾਲੀ ਦਾਰੂ ਪਿਲਾਊਂਗਾ, ਉਹ ਵੀ ਕਾਜੂਆਂ ਨਾਲ, ਆਹ ਸਾਲੀ ਸੜੀ ਜੀ ਚਾਹ ਮੱਥੇ ਮਾਰੀ। ਉਹ ਬਾਈ ਮੈਂ ਤਾਂ ਸਵੇਰ ਦਾ ਯਾਰ ਭੁੱਖਾ ਮਰ ਰਿਹਾ, ਮੈਂ ਸੋਚਿਆ ਤਾਂ ਉਹਨਾਂ ਦੇ ਘਰੇ ਜਾ ਕੇ ਕਾਜੂ ਬਦਾਮਾਂ ਨਾਲ ਦਾਰੂ ਪੀਵਾਂਗੇ, ਉਹਨਾਂ ਨੇ ਚਾਹ ਪਿਆਤੀ ਸੁੱਕੀ, ਉਹ ਮੇਰੀਆਂ ਤਾਂ ਯਾਰ ਆਂਦਰਾਂ ਸੁੱਕੀਆਂ ਪਈਆਂ ਨੇ। ਬੜੀ ਬੁਰੀ ਹੋਈ ਯਾਰ ਅੱਜ ਤਾਂ, ਪਤੰਦਰ ਨੇ ਪੈਗ ਦਾ ਤਾਂ ਨਾ ਹੀ ਨਹੀਂ ਲਿਆ, ਉੱਤੋਂ ਆ ਚਾਹ ਵੀ ਬੱਬੜ ਬੱਤੀ ਮੱਥੇ ਮਾਰੀ। ਉਹ ਤੁਹਾਡੇ ਸਾਹਮਣੇ ਕਿੰਨਾ ਕਿਹਾ ਵੀ ਚਾਹ ਨਹੀਂ ਪੀਣੀ, ਚਾਹ ਨਹੀਂ ਪੀਣੀ, ਕਹਿੰਦੇ ਕਹਿੰਦੇ ਧੱਕੇ ਨਾਲ ਲਿਆ ਕੇ ਫੜਾਤੀ। ਹੋਰ ਯਾਰ ਉਹ ਭੁੱਖੇ ਹੋਣ ਕਰਕੇ ਨਾ ਫੋਕੀ ਚਾਹ ਵੀ ਲੰਘੀ ਅੰਦਰ, ਬੰਦਾ ਨਾਲ ਤਾਂ ਰੱਖਦੇ ਕੁਛ ਖਾਣ ਨੂੰ ਨਮਕੀਨ ਵਗੈਰਾ, ਪਤੰਦਰਾਂ ਨੇ ਉਹ ਵੀ ਨਹੀਂ ਰੱਖਿਆ ਕੁਛ। ਉਹ ਮਨਜੀਤ ਉਹ ਕਰ ਕੋਈ ਹੀਲਾ ਯਾਰ, ਹੁਣ ਤਾਂ ਕਰ। ਉਹ ਮਨਜੀਤ ਯਾਰ ਮੇਰੇ ਤੋਂ ਨਹੀਂ ਭੁੱਖ ਕੱਟਿਆ ਜਾਂਦੀ, ਜੇ ਹੋਰ ਨਹੀਂ ਕੁਛ ਦੁਕਾਨ ਤੋਂ ਹੀ ਲੈ ਲਓ ਕੁਛ ਖਾਣ ਨੂੰ, ਉਹ ਮੈਨੂੰ ਤਾਂ ਦੌਰਾ ਪੈਣ ਵਾਲਾ ਹੋਇਆ ਪਿਆ। ਖੜ ਜਾ ਦੇਖਦਾ। ਉਹ ਯਾਰ ਮੇਰੀ ਜੇਬ 'ਚ ਤਾਂ 10 ਰੁਪਏ ਨੇ, ਇਹਦਾ ਕੀ ਆਊਗਾ? ਉਹ ਖੜ ਜਾਓ ਸਾਲਿਓ, ਕਿਉਂ ਮਰਨ ਵਾਲੇ ਹੋਏ ਓਏ? 10 ਰੁਪਿਆਂ ਦਾ ਕੀ ਆਊਗਾ, ਇਹ ਤਾਂ ਨਮਕੀਨ ਵੀ ਨਹੀਂ ਆਉਣੀ। ਓਏ 10 ਰੁਪਏ ਦੀਆਂ ਬੇਸਣ ਵਾਲੀਆਂ ਪਕੌੜੀਆਂ ਲੈ ਲਓ, ਖਾ ਕੇ ਮੁੱਠੀ ਮੁੱਠੀ ਨਾ ਉੱਤੋਂ ਦੀ ਪਾਣੀ ਪੀ ਲਿਓ, ਅਤੇ ਅੰਦਰ ਜਾ ਕੇ ਫੁੱਲ ਜਾਣਗੀਆਂ, ਆਪੇ ਤੁਹਾਡੀ ਭੁੱਖ ਮਿਟ ਜਾਊ। ਉਹ ਯਾਰ ਤੈਨੂੰ ਟਿੱਚਰਾਂ ਆਉਂਦੀਆਂ ਨੇ, ਉਹ ਮੇਰੀ ਸੱਚੀ ਭੁੱਖ ਨਾਲ ਜਾਨ ਨਿਕਲੀ ਪਈ ਆ। ਉਹ ਧਰਮੇ, ਉਹ ਹੈਪੀ, ਉਹ ਮੇਰੇ ਦਿਮਾਗ 'ਚ ਨਾ ਇੱਕ ਹੋਰ ਆਈਡੀਆ ਆ। ਉਹ ਕਿਹੜੀ? ਉਹ ਦੱਸ ਯਾਰ, ਸਕੀਮ ਦੱਸ। ਸਕੀਮ ਇਹ ਆ, ਹੁਣ ਆਪਾਂ ਇੱਥੇ ਰਾਹ 'ਚ ਨਾ ਖੜੀਏ, ਉਹ ਫਿਰ ਕੀ ਕਰੀਏ? ਆਪਾਂ ਫਟਾਫਟ ਘਰੇ ਚੱਲੀਏ, ਘਰੇ ਜਾ ਕੇ ਭੁੱਖ ਮਿਟੂ ਆਪਣੀ। ਜਿਹੜੇ ਉਹ ਓਲਡ ਲੇਡੀ ਨੀ ਸੀਗੇ, ਉਹ ਤੇਰੇ ਦਾਦੀ ਨੇ, ਮਤਲਬ ਮੀਨਸ ਗ੍ਰੈਂਡ ਮਦਰ। ਨੀ ਦਲੀਪ ਕੁੜੇ ਕਰੀਆ? ਯੈਸ ਕਮ ਕਮ। ਨੀ ਕੁੜੇ ਮੈਂ ਕੰਮ ਵਾਲੀ ਨਹੀਂ ਹੈਗੀ, ਮੈਂ ਤਾਂ ਦਲੀਪ ਕੌਰ ਦੀ ਪੱਕੀ ਪੱਕੀ ਸਹੇਲੀ ਹਾਂ। ਓਕੇ ਓਕੇ, ਮੀਨਸ ਬੈਸਟ ਫਰੈਂਡ। ਆਹੋ ਨੀ ਤੂੰ ਦਲੀਪ ਕੌਰ ਦੀ ਨੂੰਹ ਆ ਕਨੇਡਾ ਵਾਲੀ, ਦੀਪੇ ਦੀ ਬਹੂ? ਹਾਂਜੀ ਹਾਂ, ਮੈਂ ਦੀਪੇ ਦੀ ਵਾਈਫ ਹਾਂ। ਅੱਛਾ, ਇਹ ਤਾਂ ਦੀਪੇ ਦੀ ਵਾਈਫ ਹੈ, ਮੈਂ ਤਾਂ ਇਹਨੂੰ ਬਹੂ ਏ ਸਮਝ ਗਈ ਸੀ। ਓਹੋ ਹਾਂ, ਕਿੱਡਾ ਭੁਲੇਖਾ ਲੱਗਿਆ ਪੁੱਤ, ਮੈਂ ਤਾਂ ਤੈਨੂੰ ਦੀਪੇ ਦੀ ਬਹੂ ਸਮਝ ਲਿਆ ਸੀ, ਮਾਫ ਕਰੀ ਧੀਏ। ਨੀ ਕਿੱਦਾਂ ਭੈਣੇ, ਸਤਿ ਸ਼੍ਰੀ ਅਕਾਲ। ਨੀ ਵਧੀਆ, ਤੂੰ ਦੱਸ ਦਲੀਪੋ, ਗੇੜਾ ਛੇੜਾ ਹੀ ਨਹੀਂ ਮਾਰਦੀ ਤੂੰ ਤਾਂ? ਹੋਰ ਨੀ, ਬਸ ਮੇਰੇ ਤੋਂ ਤਾਂ ਐਤਕੀ ਗੇੜਾ ਛੇੜਾ ਵੱਜਿਆ ਹੀ ਨਹੀਂ, ਜਦੋਂ ਦੇ ਦੀਪੇ ਹੁਣੀ ਆਏ ਆ, ਸੌ ਕੋਈ ਆਇਆ ਕੋਈ ਗਿਆ। ਹੋਰ ਦੱਸ। ਨੀ ਕੀ ਦੱਸਾਂ ਦਲੀਪ ਕੁਰੇ, ਸਾਡੇ ਤਾਂ ਚੰਦਰੇ ਆਏ ਗਏ ਨਹੀਂ ਮੁੱਕਦੇ, ਇਹਨਾਂ ਦਾ ਚਾਹ ਪਾਣੀ ਨਹੀਂ ਲੋਟ ਆਉਂਦਾ, ਇੱਕ ਜਾਂਦਾ ਚਾਰ ਆ ਜਾਂਦੇ ਨੇ। ਨੀ ਸਹੀ ਕਹਿੰਦੀ ਹੈ ਭੈਣੇ, ਆ ਜਿੱਦੇ ਦਾ ਦੀਪਾ ਆਇਆ ਸਾਡੇ ਵੀ ਆਹੀ ਹਾਲ ਹੈ, ਇੱਕ ਜਾਂਦਾ ਚਾਰ ਆਉਂਦੇ ਆ, ਇੱਕ ਜਾਂਦਾ ਚਾਰ ਆਉਂਦੇ ਆ, ਮੇਰੇ ਕੋਲੋਂ ਵੀ ਤਾਂ ਹੀ ਨਹੀਂ ਗੇੜਾ ਵੱਜਾ ਉੱਧਰ। ਨੀ ਤੂੰ ਕਿਹੜਾ ਗੇੜਾ ਮਾਰਦੀ ਆ, ਹਾਰ ਕੇ ਮੈਨੂੰ ਹੀ ਆਉਣਾ ਪਿਆ। ਚੱਲ ਇਸੇ ਬਹਾਨੇ ਆਪਣੇ ਮੇਲ ਹੋ ਗਏ। ਨੀ ਦਲੀਪ ਕੁਰੇ, ਆ ਕੁੜੀ ਕੌਣ ਆ ਜਵਾਕ ਵਾਲੀ, ਰਿਸ਼ਤੇਦਾਰ ਹੈ ਕੋਈ? ਨੀ ਇਹ ਤਾਂ ਮੇਰੀ ਨੂੰਹ ਰਾਣੀ ਆ, ਆ ਦੀਪੇ ਦੀ ਬਹੂ। ਲੈ ਦੱਸ ਕੁੜੇ, ਤੂੰ ਮੈਨੂੰ ਝੂਠ ਬੋਲਤਾ ਹੈਂ, ਤੂੰ ਮੈਨੂੰ ਕਹਿੰਦੀ ਮੈਂ ਦੀਪੇ ਦੀ ਵਾਈਫ ਹਾਂ? ਲੈ ਦੱਸ, ਰਹੀ ਅਨਪੜ੍ਹ ਦੀ ਅਨਪੜ੍ਹ,
नी कनेडा च घर वाली नूं वाइफ कहिंदे आ, अपने वांगू बोटीए घर वालीए फलानीए तींगड़ीए ऐ नहीं कहिंदे। हाँ अच्छा नी दलीपो, अपने वाले नूं पता नहीं की बीमारी पैंदी है, जे आपां नूं बैफ बैफ कहण किन्ना चंगा लगूगा। नहीं देखी जे बघेले दा बापू मैनू कह के बुलावे भी बैफ, हाय रब्बा मैं तो शर्म नाल ही मर जू। नहीं तेनू अंग्रेजी किवें आउण लग गई? नहीं मेरी बहू ने अंग्रेजी बोलनी सिखाई मैनू, मैनू तां दो दिन चैन तोते वांगू पढ़ाता। मैं तां इक दिन तेरे बाई नू डार्लिंग कहता, जाया वड्डी दा डोंग लैके पिछे पै गया, उहदे भाणे तां मैं उहनू गाल कढ़ती। नहीं डार्लिंग कहिंदे आ अपने घर वाले नू जिहड़ा सब तों प्यारा हुंदा, जिवें तेरा बाई आ। नहीं अपने वाले नू तां पता ही नहीं की बीमारी पई हुई है। नहीं डार्ली कह दिया करन, नहीं सुनने च किन्ना चंगा लगदा। नहीं हाँ बचनीए सोहना तां लगदा, पर अपने वाले जै खणी दे कहण तां ही आ। नहीं दलीपो जद मैं गेट खड़काया तेरी नूं तां मैनू कम वाली समझ गई थी, मैनू कहिंदी कम कम कम, मैं समझ गई बई इहने मैनू कम वाली समझ लिया। फिर मैं इहनू दस्सिया बई मैं कम वाली नहीं हैगी, मैं तां दलीप कौर दी पक्की पक्की सहेली हाँ। ओ अनपढ़ टोलिया, कनेडा विच कम कम नूं आ जा मेरे कोल इदां कहिंदे आ बई इत्थे आ जा। वू नहीं मैं मर जा, नहीं सच्चा ही नहीं आ फिर अपने वाले क्यों नहीं कहिंदे? नहीं किन्ना चंगा लगूगा जदों बघेले दा बापू मैनूं कहा करू बई कम कम। आए हाए पर कानू इहनां दे तां मौत पैंदी आ कंजरां दे, नाले बहू नूं कह दे भाई बई इक ना साडे नाल पंजाबी च गल करिया करे, सानूं नहीं आउंदी अंग्रेजी गुरूजी। नहीं इहनूं तां उत्थे कनेडा दी आदत पई आ, हौली हौली लग जूगी, हौली हौली ये पंजाबी बोलिया करू। स्वीटी पुत ये मेरी सहेली आ, सहेली मीन्स बेस्ट फ्रेंड। सत श्री अकाल बुलावा जी, सजाउंदी रतीए बुड्ड सागण होवें दुद्धी ना होवें पत्ती फले। नी दलीप कुरे आ बहू दी तू ही दुखदी है, क्यों की गल हो गई? अपने बेरी तां पैरी हथ लाउंदे सी सौ कुछ करदे सी, इन तां बैठी बैठी ने इत्थे मत्था टेकता। भैणे उत्थे कनेडा च पैरी हथ लाउण दा नहीं रवाज हैगा, अज कल अपने कड़ा लाउनियां, ओह अपने टाइम सी टेढ़ियां मोदियां हो जांदियां सी पैरी हथ लाउंदियां। नहीं कोई भी मिल जांदी पिंड दी हरेक नूं पैरी हथ लाउंदियां। नहीं मैं तां टूही बीबिंगी कर ली पैरी हथ ला ला। सच्ची गल आ बचनीए समें समें दी गल है, समें समें दे रवाज आ। नहीं दलीप कुरे बहू कम ते लगी हुई है। नहीं होर कुड़े कनेडा च कम ते लगी हुई है, सरकारू नौकरी है, अपने वांगू थोड़ी के बेलियां तोड़दी है। नहीं आपां कड़ा बेलियां छकदियां है, तड़के तो ज्यों लगदियां मशीन वांगू, चंद्रा दिन लंघ जांदा रात तक ढूही दुखन लग जांदी है मेरी, पर कम कित्थे खत्म हुंदे ने। सच्ची गल आ बचनीए आपां नूं तां जैखणे चुल्हे चौंकियां ने बुढ़ियां करता बस। नहीं भैणे आई मुक जाएंगी आपां तां कम कुम करदियां, चल चंगा बहुटिए जानी आ भाई फेर मारूं गेड़ा। ओके आंटी जी थैंक यू। नहीं दलीप कुरे आ फेर की इहने थैंकू थुकू जा कहता है, चल कोई ना की पता कनेडे च इहनूं की कहिंदे होण। चल चंगा दलीपो मार नहीं करे गेड़ा भाई। मॉम जी यही आहो? नहीं आहो बढ़िया होया तू दस्या नहीं कुछ, ये ता कली कली गल सारे पिंड च उड़ा दिंदी, साडी ता बेइज्जती हो जांदी कि बराड़ां दी नो दिहाड़ियां करदी आ कनेडा च। पोपी कित्थे चले गया?
मम्मी और सोई दे बार खेड़ रहे चल खेली जान दे स्वीटी पुत्त हाँ जी मम्मी जी आ मैं रोटी पानी दा तक कर लिया मैं क्या गर्मी च तैनू कानू चुल्ले चौंके चाड़ना जा अपने बापू नू रोटी पा दे रोटी नू देखदा हूं हाँ जी हाँ मम्मी जी मैं हूं ही पा देनी बापू जी नू चल भाई बाली चंगी है साड़ी नो देख ला जमा ही फर्क नहीं साड़ी नाल कर दी ना अखा मोड़ दी है बापू जी मैं रोटी पा दा थोनू ओ नहीं पुत्र अजे मैं बाहर जा रहा बाहर बापू जी कड़ी कंट्री गए ने मम्मी तो पूछ दिया मम्मी जी हाँ पुत मैं सुनिया बापू जी बाहर जा रहे ने मेनू हुनी कह के गए ने ओ तुसी मेनू दस्से ही नहीं हैगे वी बापू जी बाहर जा रहे ने इत्थे इन्ना लुको इन्नी चोरी चपोरी तुसी काम कर दे हो ना बापू जी दा कदों वीजा लग गया किन्ने बजे फ्लैट आ कल दी नाले केड़े देश दा वीजा नी कौन उकड़े बहू तेरा बापू ता बार जंगल पानी चला आ लैटरिंग आ हगन मुतन इत्थे जाके इत्थे कहंदे आ कि मैं बाहर जाके आना तां कहंदा होना ओह ओह माय गॉड मैनू लगे बापू जी सच्ची किसे देश चले ने सच्ची मम्मी जी बापू जी ता बाली देसी ने बैठ इत्थे मैं तेनू समझाउनी आ जिहड़ियां पिंडां दीआं औरतां ने ना ओह भी लैटरिंग नूं बाहर जाणा कहिंदियां ते पुत कई कह दिंदियां भी असीं जंगल पाणी चलीआं पुत पिंडां च ऐं बोलदे ने तेनू ओह भरा तां लगदा तूं कनेडा च जम्मी पली करके ओके मम्मी जी मैं ना तुहाडे नाल इक होर गल करनी सी प्लीज गुस्सा ना करिओ लै दस कुड़े गुस्सा काहदा करना पुछ मम्मी जी तुहानू बापू जी दी लत्तां छोटियां नहीं लगदियां लै दस कुड़े तैनू आ बुढ़े दियां लत्तां किधरों छोटियां लगदियां आ पिंड वालियां नू पुछ के देख किसे दा को काम बणदा होवे एडी दूरों लत्त पसा दिंदा तू कहनी इहदियां लत्तां छोटियां आ ओह माय गॉड बापू जी इदां दे ने होर कुड़े बहू इह तां बाला ही अड़वा जदों किते मेरे नाल गुस्से हो जांदा चार चार दिन रोटी नहीं खांदा ना चार चार दिन बोलदा मेरे तां दो तीन बार उही छोटियां छोटियां लत्तां मार के बक्कियां अंदर पातियां मम्मी जी बापू जी सच्ची इन्ने गुस्से वाले ने लाहौर की ओ भाई लै पा दो रोटी आ लै पुत मैनू लगदा तेरा बापू बाहरों आ गया उतर गई फ्लैट ओदी जा फड़ाया रोटी चंगा मम्मी जी आ मेरे लिए भी ले आई रोटी दा टुक ओके मॉम ल लत्तां छोटियां मेरे तां छोटियां लत्तां मार मार मेरियां बखियां अंदर पाईयां पईयां हुण थोनू मैं की दसां आई नहीं अज हैप्पी ना धर्म आया पता नहीं कित्थे रह गए बे मनजीते हां ताई ना कल्ले ही बैठा आई नहीं तेरे जोड़ीदार ओ ताई ओ मैं तां हैप्पी दे धर्म नूं उड़ीकदा सी असीं अज शहर जाणा सी ओ बस आउण वाले आ ਵੀ ਜਾਇਆ ਜਿੱਥੇ ਪੁੱਤ ਜਾਣਾ ਪਰ ਇੱਥੇ ਨਾ ਬੈਠਿਆ ਕਰੋ ਵੀ ਸਾਰਾ ਪਿੰਡ ਤੁਹਾਨੂੰ ਸੀਸੀਟੀ ਕਹਿੰਦਾ ਨਾ ਅਸੀਂ ਕਿਹੜਾ ਕਿਸੇ ਨੂੰ ਕੁਛ ਕਹਿੰਦੇ ਆ ਸਾਨੂੰ ਕਾਹਤੋਂ ਸੀਸੀਟੀਵੀ ਕੈਮਰੇ ਕਹਿੰਦਾ ਵੀ ਸਾਰਾ ਪਿੰਡ ਕਹਿੰਦਾ ਵੀ ਆ ਤਿੰਨੇ ਇੱਥੇ ਹੀ ਬਹਿੰਦੇ ਨੇ ਵੀ ਇਹਨਾਂ ਨੂੰ ਸਾਰਾ ਪਤਾ ਆਉਣ ਜਾਣ ਦਾ ਇਹੀ ਕਹਿੰਦੇ ਨੇ ਲੋਕ ਆ ਕਮਾਲ ਹੋਈ ਪਿਆ ਤਾਈ ਲੋਕਾਂ ਵਾਲੀ ਵੀ ਜੇ ਅਸੀਂ ਘਰੇ ਬੜੇ ਰਹਿੰਦੇ ਹਾਂ ਤਾਂ ਕਹਿੰਦੇ ਸਾਰਾ ਦਿਨ ਘਰੋਂ ਹੀ ਨਿਕਲਦੇ ਕਹਿੰਦੇ ਕੋਈ ਕੰਮ ਧੰਦਾ ਨਹੀਂ ਕਰਦੇ ਜੇ ਘਰੋਂ ਬਾਹਰ ਆ ਜਾਂਦੇ ਤਾਂ ਸਾਨੂੰ ਸੀਸੀਟੀਵੀ ਕੈਮਰਾ ਕਹਿੰਦੇ ਨੇ ਹੈ ਉੱਤੋਂ ਸਾਨੂੰ ਐਂ ਬੋਲਦੇ ਨੇ ਹੁਣ ਤੂੰ ਦੱਸ ਅਸੀਂ ਕੀ ਕਰੀਏ ਅਸੀਂ ਤਾਂ ਬਾਹਲੇ ਦੁਖੀ ਹਾਂ ਤਾਈ ਬੇਮਨਜੀਤੇ ਪੁੱਤ ਕਿਸੇ ਕੰਮ ਕਾਰ ਲੱਗ ਜਾਓ ਆਪੇ ਲੋਕ ਹਟ ਜਾਣਗੇ ਕਹਿਣੋ ਤੂੰ ਹੀ ਦੱਸ ਤਾਈ ਨਾ ਕੰਮ ਕਾਰ ਨੂੰ ਹੋਰ ਅਸੀਂ ਪਟਵਾਰੀ ਲੱਗ ਜਾਈਏ ਬੇ ਲੱਗ ਜਾਓ ਕਿਸੇ ਕੰਮ ਤੇ ਪੜ੍ਹੇ ਲਿਖੇ ਮੁੰਡੇ ਹੋ ਤੁਸੀਂ ਬੇ ਆ ਕੀ ਕਹਿੰਦੇ ਹੁੰਦੇ ਨੇ ਜਾਇ ਰੋਈਆਂ ਸੇਵੀਆਂ ਜੀ ਬਣਾਉਣ ਲੱਗ ਜਾਓ ਇੰਨੀਆਂ ਖਾਂਦੇ ਨੇ ਲੋਕ ਰੇੜੀਆਂ ਤੇ ਭੀੜ ਲੱਗੀ ਰਹਿੰਦੀ ਆ ਭਾਈ ਬੇ ਇਹ ਲੋਕ ਬਥੇਰੀਆਂ ਖਾਂਦੇ ਨੇ ਉਹ ਤਾਈ ਉਹ ਸੇਵੀਆਂ ਨਹੀਂ ਹੁੰਦੀਆਂ ਉਹ ਉਹਨਾਂ ਨੂੰ ਨਿਊਡਲ ਕਹਿੰਦੇ ਆ ਬੇ ਪੁੱਤ ਬਾਲਾ ਹੀ ਇਕੱਠ ਲੱਗਿਆ ਰਹਿੰਦਾ ਰੇੜੀਆਂ ਤੇ ਮੈਨੂੰ ਪਤਾ ਨਹੀਂ ਬੇ ਕੀ ਕਹਿੰਦੇ ਨੇ ਹੁੰਦੀਆਂ ਤਾਂ ਸੇਵੀਆਂ ਹੀ ਨੇ ਜੈ ਵੱਡੀਆਂ
नाले लोग रेहड़ियां तो पाथियां चक चक खाई जाते ने आही जड़े गड़बड़ होंगे आ ताई वह पाथियां नहीं वह बर्गर होंगे बर्गर अजक पढ़े लिखे लोग इन्हों बर्गर कहेंदे पाथियां नहीं कहेंदे मेरा पोता भी आही कहना हुंदा है ब्याह पुत्ते दा ब्याह गड़बड़ जा खाना रेड़ी तो मैं कहा तू रहन दे गड़बड़ा नू खौरे की अग सवा पाई हुंदी है ना च मैं तेनू कुछ होर बना दूं करे पर कानू जवाक मानदे ने ओ ताई ओ बेशक लोग इह खाई जांदे ने पर हुंदे इह सेहत वास्ते बड़े बड़े है निरा बीमारी दा घर ओ चल छड ताई केड़ी गल्ला लैके बह गई तू हैं अच्छा तैनू तेरी सहेली दलीप कौर ने सद्या नहीं पार्टी से ना भाई मैनू नहीं कहा दलीपो ने भला कादी पार्टी देन लगी दलीपो लै दस ताई हद हो गई ओए मुंडा ओदा बाहरों आया उन्हें कनेडा कुड़ी नाल ब्याह कराया ना ओदे ब्याह दी पार्टी करनी है तैनू पता नहीं अच्छा हाँ ना पुत मैनू नहीं कोई स्नेहा आया अच्छा ताई लहर फिर मेनू लगता ताई तेनू सदना नहीं होना उन्होंने तेनू ता ही नहीं स्नेहा लाया देख लै पुत किमें बादल जाते ने लोग मैं आपदे भोले दे ब्याह च दलीपो नू मूहरे रखिया थी चार दिन पहला कहा भी रोटी पानी सारा साढ़े घरें खायो भाई आ देख ला आपदी वेरी कहा भी नहीं मैनू भी चल कुड़े बचनी है आ जी गल तेरी सही है ताई खाना बहुत सौखा ते खवाना बहुत औखा खा तो हरेक लैंदा बे मेरे भोले दे ब्याह दी मूवी च देखिया सी प्लेटा भर भर गुलाब जामुन अद्धिया खा के अद्धिया आई सिट गई ले आपदी वारी देख ला भुखड़ ताई ये कहंदे पार्टी ते मीट मूट भी नहीं करना ले दस मंजीते कहा जा जमाना आ गया मुंडा बाहरों आया होवे ते मीट ना बनाओ बे फिर भला कहदा स्वाद आ पार्टी का नाले शराबिया नू बिस्कुटा नाल पिलाउणगे वे चल छड ए तां पहले दिन दी माड़ी नी ताली आ चंगा ही होया मैनू कहा नहीं ओ ताई ये तां गल तेरी सही आ चल छड जे नहीं बुलाया तां ना सही बेपत गुस्सा तां आउंदा ही है 50 रुपये पा के ना 500 दा नुकसान कर गई थी आपदी वीरी सद्दे ही नहीं चातरो मैं कड़ा बड़ा खा जांदी ओदे चल कोई ना ताई तू गुस्सा ना कर जब मेरा ब्याह होया ना मैं तेनू मूहरे रखूंगा मैं बुलाऊंगा तेनू ते रही गल तेरे मुंडे दी जे तू छोटा मुंडा ब्याहेगी तू भी ना बुलाई उन्हां नू ना ना पुत मैं नहीं ना भुखड़ा नू सादी सारे टब्बर आवड़दा है 50 रुपये पाउंदे ने 500 दा नुकसान कर जांदे ने बाली माड़ी नीत दे ने ਉਹ ਕਿਵੇਂ ਤਾਈ ਬੇ ਤਾਂ ਪਾਟੇ ਪੁਰਾਣੇ ਕੱਪੜਿਆਂ ਨਾਲ 2-2 ਸਾਲ ਕੱਢ ਜਾਂਦੇ ਨੇ ਤੇ ਉੱਤੋਂ ਬਲਦੇਵ ਸਿੰਘ ਇਹੋ ਜਿਹਾ ਅੱਛਾ ਮੈਨੂੰ ਨਹੀਂ ਪਤਾ ਸੀ ਤਾਈ ਮੈਨੂੰ ਤਾਂ ਇੱਥੋਂ ਪਤਾ ਲੱਗਿਆ ਬੇ ਹਾਂ ਮਨਜੀਤੇ ਉਹ ਮਨਜੀਤੇ ਹਾਂ ਬਈ ਆ ਫਿਰ ਚੱਲੀਏ ਉਹ ਮੈਂ ਤਾਂ ਕਦੋਂ ਦਾ ਆਇਆ ਬੈਠਾ ਮੈਂ ਤੈਨੂੰ ਉਡੀਕਦਾ ਸੀ ਆ ਤਾਈ ਆ ਗਈ ਤਾਈ ਨਾਲ ਗਰੀ ਲੱਗ ਗਿਆ ਉਹ ਚੰਗਾ ਤਾਈ ਚੰਗਾ ਤਾਈ ਸਤਿ ਸ੍ਰੀ ਅਕਾਲ ਚੰਗਾ ਚਲੋ ਚੱਲੀਏ ਓਏ ਫਿਰ ਕਰਾਂ ਕਦੇ ਬਹਿ ਕੇ ਗੱਲਾਂ ਬਾਤਾਂ ਆਹੋ ਆਹੋ ਕਰਨ ਲੱਗੀ ਆ ਪਾਲਟੀ ਇਹ ਤਾਂ ਜੈ ਵੱਡੀ ਦੀ ਖਾਣੇ ਜਾਣਦੀ ਹੈ ਇੰਨੀ ਮਾੜੀ ਨੀਤ ਵਾਲੀ ਜਨਾਨੀ ਕਰੂਗੀ ਪਾਲਟੀਆਂ ਇਹ ਮੈਂ ਤਾਂ ਮਨਜੀਤੇ ਕੇ ਵਿਆਹ 'ਚ ਲਾਹੂੰਗੀ ਭੋਲਾ ਤੂੰ ਤਿਆਰ ਨਹੀਂ ਹੋਈ ਛੇਤੀ ਤਿਆਰ ਹੋ ਮੈਂ ਤੈਨੂੰ ਸ਼ਹਿਰ ਘੁਮਾ ਕੇ ਲੈਣਾ ਸੱਚੀ ਹਾਂ ਬਸ 5 ਮਿੰਟ ਰੁਕੋ ਮੈਂ ਹੁਣੀ ਰੈਡੀ ਹੋ ਜਾ ਜਾ ਛੇਤੀ ਅਸੀਂ ਸ਼ਹਿਰ ਜਾ ਕੇ ਆਉਂਦੇ ਹਾਂ ਆ ਕੱਪੜਾ ਲੈ ਜਾ ਆ ਕੀ ਕਰਨਾ ਮਰਸਲ ਸਾਹਿਬ ਕਰਨਾ ਮੈਨੇ ਉਹ ਪੁੱਤ ਤੂੰ ਕੋਈ ਕਸਾ ਹੋਇਆ ਕੱਪੜਾ ਲੈ ਲਾ ਮੇਰੀ ਗੱਲ ਸੁਣ ਪੁੱਤ ਆ ਕੱਪੜਾ ਕੀ ਕਰਨ ਲੱਗਾ ਸੀ ਮੈਂ ਮੋਟਰਸਾਈਕਲ ਸਾਫ ਕਰਨਾ ਲੈ ਦੱਸ ਤੈਨੂੰ ਕੱਪੜਾ ਕਸਿਆ ਲੱਗਦਾ ਇਹਦੇ ਤਾਂ ਮੈਂ ਤੇਰੇ ਬਾਪੂ ਵਾਸਤੇ 2 ਕੱਛੇ ਸਿਉਣੇ ਨੇ ਇੰਨੇ ਕਸੇ ਹੋਏ ਦੇ ਲੈ ਹੋਰ ਬੇਬੇ ਤੇਰੀ ਵੀ ਕਮਾਲ ਹੋਈ ਪਈ ਆ ਇੰਨਾ ਕਸੇ ਹੋਇਆ ਗੰਦਾ ਜਿਹਾ ਕੱਪੜਾ ਹੈ ਇਹਦੀ ਨਿਕਰ ਬਣਾਏਗੀ ਤੂੰ ਉਹ ਦੀਪੇ ਪੁੱਤ ਇਹ ਕਸਿਆ ਕੱਪੜਾ ਨਹੀਂ ਹੈਗਾ ਹੈਂ ਇਹਦੇ 2 ਕੱਛੇ ਬਣਨੇ ਮੇਰੇ ਪੂਰੇ 2 ਸਾਲ ਬਣੇ ਮੈਂ ਜਦ ਮੇਰੇ ਕੱਛੇ ਕੱਸ ਗਏ ਉਦੋਂ ਬਾਅਦ ਤੇਰੀ ਮਾਂ ਨੇ ਕੁਛ ਹੋਰ ਬਣਾ ਦੇਣਾ ਇਹਦਾ ਹੈਂ ਇਹਦਾ ਬਹੁਤ ਚੱਲੂ ਹੈ ਜੀ ਤੂੰ ਕੋਈ ਹੋਰ ਲੈ ਲਾ
तू हुणे कहना कस गया है। ओ बापू छड़ परे कपड़े नू, तू ब्रांड दी निकरा पाया करना। और केड़े ब्रांड ब्रूण पुत, मैं तां हुण तक तेरी बेबले ब्रांडे पाए ने, जदों तेरी मां इस घर च आई आ बस आ कच्छे सिंधां दी आ मैं पा लाना। थोड़ी भी कमाल हुई पई आ, बापू नू होर निकरा क्यों नहीं पड़ दिंदे। पुत मैं ऐं डरदी आ, जे शहर दियां निकरां तेरे बापू ने पा लईआं किते इहदे चीकां ही ना पै जाण, फिर इत्थे तेल मलदा फिरूगा। बापू मैं शहर चलिआ, तेरे लई वधिया ब्रांड दी निकरां लै के आऊंगा। ओ शाबाश पुत्तरा, थोड़ा होगा सवा कच्छे पाण दा। हैं मैं भी ना कच्छे पा पा के अक गई थी, मैं तां शर्म दा मारा कच्छे दिखांदा भी नहीं किसे नूं। क्यों भी किसे नूं दिखना जाण, क्यों मैं माड़े कच्छे बनाउनी है। ओ माड़े कानू बनाउनी आ, मैं तां ऐ सोचदा ओ किसे ने पाए हुए देख ले आला कपड़े लेके उरे आयू। मैं तां इन्ने वधिया कच्छे बनाउनी आ, मेरे कच्छे तां रामे तो लैके बंगियां तक मशहूर ने, तू कहना वधिया नहीं हुंदे कच्छे। ओ चलो छड्डो परे बेबे, बथेरी होई तारीफ कच्छियां दी, तुसीं ऐ दसो शहरों मैं थोड़ी लेके की आवां। जे रास्ते च किते पूड़ियां छोलियां दा लंगर होया ओ ले आयो, लफाफे च पूड़ियां पवा लियो, आ छोलियां वास्ते मैं डोलू जां डब्बा दे दिन्नी आ। ओ बेबे तू साडा चंगा जुलूस कढ़ाएंगी, असीं लंगर पवाउंदे चंगे लगांगे। मम्मी जी जे थोड़ा बाला दिल करदा ना छोले पूड़ियां खाण नूं, असीं ऐ करांगे आंदे होए बाजारों ले आवांगे, नाले चंगे थोड़ी ना लगदे आ, असीं बाहरों आके खाना लंगर च पाउंदे फिरांगे। होर की लोग कहणगे, अजे तां कनेडा तों ने लंगर लफाफा च पाउंदे फिरदे ने। बापू जी तुसीं दसो थोड़े वास्ते की लेके आईए। ओ पुत मैं तां की खाऊंगा, आ तेरी बेबे लिया दे जो कहिंदी आ। उहनां नूं तां लिया दांगे बापू जी, तुसीं वी तां दसो असीं थोड़े वास्ते वी लिया दांगे। ओ पुत मैं शहरों मुल लैके कदे खाया नहीं तां कहना। फिर तुसीं कित्थों खाने हो। बस पुत तेनू पता ही है भी अपने लंगर उरे बहुत लगते हैं, कदे माता वैष्णो देवी का लंगर, कदे नैणा देवी का, कदे बड़े बडेरिया का, कदे किसी का, कदे चलते ही रहते हैं। आज तो लंगर लुंगर ज खा लें, मुल तो कदे खाया ही नहीं। चलिए जी फिर आप। चलो फिर चलिए, पहली मूड खराब करता मेरा तो। तुसी अपना मूड ना खराब करो। होर लोग कहणगे मुंडा दे बहू कनेडा तो आए ने, तुसी हले भी लंगर च फसे फिरदे हो। कोई नहीं तुसी मूड ना खराब करो, चलते आपा। मम्मी जी पोपली ना अंदर सुत्ता पिया, जदो उठ गया तुसी उन्हों दुद्ध पिला दियो। ठीक है पुत, पिया दूंगी। चलो जी पोपली। चलो ओ पिंड च कोई मेन बंदा दिंदा ही नहीं हैगा यार। ओ क्यों की होया ओए, कोई घटना तां नहीं घट गई। पता नहीं यार, आपां किन्ने चिर दे तां इत्थे बैठे आ, आ जवाक जूझे फिरदे ने उरे। लै आऊं दिया ताही बचनी, और तुसी कहंदे कोई टमाटर नहीं दिंदा, ये तो पुछदे पिंड दा हाल चाल, ये लियांदी आ सारे पिंड दियां खबरां। सत श्री अकाल ताई। सत श्री अकाल ताई जी। सत श्री अकाल पुत, जिउंदे रहो। होर दसो किवें, ठीक ठाक? ठीक है ताई, तू सुना किधर जाई ताई? अज गोहा कूड़ा सिटण नूं बहुत ही टाइम लाता। लै दस बे, तुसी मैनूं ही डीकदे सी किते। ओ नहीं ताई, अगे तां तू सवेरे सवेरे कम नमेड़ के आंदी थी, अज किवें लेट हो गई। पुत थोड़े वांगू रोटियां खा के ना आ मोड़ां ते आके थोड़ी बैठना हुंदा, बे काम कर दिया मैं। आहो बे थोनू तां इक्को ही काम है पुत, रज के रोटियां खा लिया ते आ चौंक चा के बह गए। मैनूं लगदा ताई गुस्सा कर गई बई। बे पूरा काम कार कर लिया करो, आ जाके छित्तर जे ना ला के कन्ना नू, इत्थे बैठे रहने हो सारा दिन। वे आ महिला ने रोटी नहीं देनी, रोटी तो कम कार करके ही खानी पैनी है। सच्ची गल आ ताई तेरी, मैं तो आप इन्हां नू यही समझाउंदा रहना भी कम कार कर लिया करो कोई। वे जा परा, तू तो आप इन्हां दे नाल दा, आ जिहड़े बेले रोटियां पाड़दे ने ना गहाले जन्म च बलद बनते ने, बे कम कर करके रोटी खाया करो। ओ ताई ओ बलद केड़ा माड़ा, ओ पठे पुठे लिया के ओ भी साडे वांगू बेला सारी दिहाड़ी,
ਮੌਜਾਂ ਨਾਲ ਪੱਠੇ ਖਾਈ ਜਾਓ, ਪ੍ਰਭੂ ਦੇ ਗੁਣ ਗਾਈ ਜਾਓ। ਉਹ ਨਾਲੇ ਉਹਨੇ ਕਿਹੜਾ ਤਾਈ ਹੱਥ ਨੇ ਦੁੱਧ ਦੇਣਾ ਹੁੰਦਾ। ਬੇ ਕੰਜਰੋ, ਇਹ ਕੰਜਰ ਟੋਲਾ ਕਦੇ ਨਹੀਂ ਸੁਧਰਦਾ। ਪਤਾ ਨਹੀਂ ਆ ਕਿਹੜੀ ਮਿੱਟੀ ਨਾਲ ਬਣੇ ਨੇ। ਉਹ ਤਾਈ, ਅੱਜ ਪਿੰਡ ਚ ਬੰਦਾ ਕੋਈ ਖਾਸ ਨਜ਼ਰ ਨਹੀਂ ਆ ਰਿਹਾ, ਗੱਲ ਕੀ ਆ? ਸੌਖਾ ਤਾਈ ਪਿੰਡ ਚ? ਬੇ ਤੁਹਾਨੂੰ ਨਹੀਂ ਪਤਾ, ਨਾਜਰ ਮਰ ਗਿਆ। ਅੱਛਾ ਤਾਈ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ, ਇਹ ਤਾਂ ਬਹੁਤ ਮਾੜਾ ਹੋਇਆ। ਉਹ ਤਾਂ ਚੰਗਾ ਭਲਾ ਸੀ, ਉਹਨੂੰ ਕੀ ਹੋ ਗਿਆ? ਬੇ ਪਤਾ ਨਹੀਂ ਮਨਜੀਤੇ, ਰਾਤ ਕਹਿੰਦੇ ਰੋਟੀਆਂ ਵੱਧ ਖਾ ਗਿਆ, ਤੜਕੇ ਸੁੱਤਾ ਹੀ ਰਹਿ ਗਿਆ ਭਾਈ। ਉਹ ਤਾਈ, ਉਹ ਨਾਜਰ ਬੁੜਾ ਕੋਈ ਕੰਮ ਕਾਰ ਤਾਂ ਕਰਦਾ ਨਹੀਂ ਸੀ, ਆ ਵਿਹਲੇ ਬੰਦੇ ਨੂੰ ਭਲਾ ਰੋਟੀਆਂ ਕਿੱਥੋਂ ਹਜਮ ਆਉਂਦੀਆਂ ਨੇ? ਇਹ ਡਾਕਟਰ ਕਹਿੰਦੇ ਆ, ਮੈਂ ਨਹੀਂ ਕਹਿੰਦਾ। ਵੈਸੇ ਤਾਈ, ਜਿਵੇਂ ਨਾਜਰ ਬੜਾ ਵਿਹਲਾ ਰਹਿਣ ਸੀ, ਮਰ ਕੇ ਕੀ ਬਣਿਆ? ਹੋਊ ਕਿਤੇ ਬਲਦ ਤਾਂ ਨਹੀਂ ਬਣ ਗਿਆ? ਚਲੋ ਵੇ, ਮੈਨੂੰ ਨਹੀਂ ਪਤਾ ਅਕੇਨਾ ਜਲਾਹਾ ਮਾਂ ਨਾਲ ਮਸ ਕਰੀਆਂ। ਉਹ ਤਾਈ ਤੇਰੇ ਨਾਲ ਇਹ ਕਰਾਂਗੇ, ਹੋਰ ਕਿਹਦੇ ਨਾਲ ਕਰੀਏ? ਹੋਰ ਕਿਹਦੇ ਨਾਲ ਕਰੀਏ? ਉਹ ਮੈਨੂੰ ਲੱਗਦਾ ਤਾਈ ਅੱਜ ਤਵੀ ਪਈ ਆ। ਉਹ ਤਾਈ ਵੀ ਨਾ ਗੂਗਲ ਆ, ਗੂਗਲ ਸਾਰੇ ਪਿੰਡ ਦੀਆਂ ਗੱਲਾਂ ਸਰਚ ਕਰਦੀ ਆ, ਜਿਹਦੀ ਮਰਜ਼ੀ ਗੱਲ ਸੁਣ ਲਓ। ਉਹ ਇਕੱਲਾ ਆਪਣੇ ਪਿੰਡ ਦੀ ਨਹੀਂ ਕਰਦੀ ਸਰਚ, ਉਹ ਇਹ ਤਾਂ ਆਂਢੀ ਗੁਆਂਢੀ ਪਿੰਡਾਂ ਦੀ ਵੀ ਕਰਦੀ ਸਰਚ। ਬਲਦੇਵ ਸਿਆਂ, ਬਲਦੇਵ ਸਿਆਂ, ਘਰੀਆਂ ਬਾਈ। ਓਏ ਆ ਜਾ ਜਾ ਭਾਈ, ਕਰਤਾਰ ਸਿੰਘ ਲੰਘਿਆ, ਆ ਜਾ ਬਹਿ ਜਾ। ਉਹ ਮੈਂ ਤਾਂ ਘਰੀਆਂ, ਮੈਂ ਕਿੱਥੇ ਜਾਣਾ? ਹੋਰ ਸੁਣਾ, ਠੀਕ ਠਾਕ? ਠੀਕ ਠਾਕ ਬਾਈ, ਵਧੀਆ। ਆ ਦਲੀਪ ਘਰੇ ਚਾਹ ਲਿਆਈ? ਆ ਕਰਤਾਰ ਸਿੰਘ ਆਇਆ। ਹੋਰ ਸੁਣਾ ਭਾਈ ਕਰਤਾਰ ਸਿੰਘ, ਕਿਵੇਂ ਆ? ਹਾਂ ਲਿਆ, ਕਿਵੇਂ ਚੱਕਰ ਮਾਰਿਆ ਅੱਜ? ਮੈਂ ਤਾਂ ਕਿਸੇ ਕੋਲੋਂ ਸੁਣਿਆ ਸੀਗਾ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਭਾਬੀ। ਆ ਲਓ, ਤੁਸੀਂ ਵੀ ਲੈ ਲਓ। ਮੈਂ ਤਾਂ ਪਿੰਡ ਚੋਂ ਸੁਣਿਆ ਸੀ ਕਿਸੇ ਤੋਂ ਵੀ ਆਪਣੇ ਦੀਪੇ ਨੇ ਬਾਹਰ ਵਿਆਹ ਕਰਾ ਲਿਆ। ਮੈਂ ਸੋਚਿਆ ਚੱਲ ਸਾਗਣੇ ਦੇ ਆਵਾਂ। ਉਹ ਦੀਪਾ ਰੋਦੀ ਘਰ ਵਾਲੀ ਤਾਂ ਸ਼ਹਿਰ ਗਏ ਨੇ, ਆ ਖਾਣ ਪੀਣ ਦਾ ਸਮਾਨ ਲੈਣਾ, ਤੂੰ ਚਾਹ ਪੀ, ਇੰਨੇ ਆ ਜਾਣਗੇ ਉਹ। ਕਰਤਾਰ ਸਿੰਘ, ਜਿਹੜਾ 3 ਸਾਲ ਪਹਿਲਾਂ ਪਿੰਡ ਵਾਲੀ ਕੁੜੀ ਨਾਲ ਵਿਆਹ ਕਰਿਆ ਸੀ ਆਪਣੇ ਜੱਗੇ ਦਾ, ਉਹਦਾ ਕੀ ਬਣਿਆ ਭਲਾ? ਕੁੜੀ ਨੇ ਕਾਗਜ਼ ਪੱਤਰ ਲਾਇਆ ਕੋਈ ਕਿ ਨਹੀਂ? ਕੀ ਦੱਸਾਂ ਬਲਦੇਵ ਸਿੰਘ, ਆ ਪਿੰਡ ਵਾਲੀ ਨੂੰਹ ਨੇ ਨਾ ਸਾਡਾ ਤਾਂ ਜਮੀ ਬੈਂਡ ਵਜਾਤਾ। ਕੀ ਗੱਲ ਹੋ ਗਈ ਵੀਰੇ, ਸੁੱਖ ਤਾਂ ਹੈ? ਕੀ ਦੱਸਾਂ ਭਰਜਾਈ, ਉਹ ਸਿਆਣੇ ਕਹਿੰਦੇ ਨੇ ਨਾ, ਆਪਣਾ ਝੁੱਗਾ ਚੱਕਿਆ ਆਪਦਾ ਹੀ ਢਿੱਡ ਨੰਗਾ ਹੁੰਦਾ। ਮੈਨੂੰ ਤਾਂ ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ, ਸੋਚਿਆ ਕੀ ਸੀ ਬਣ ਕੀ ਗਿਆ। ਉਹ ਕਰਤਾਰ ਸਿੰਘ, ਉਹ ਦੱਸ ਤਾਂ ਸਹੀ ਕੀ ਹੋਇਆ, ਦੱਸਣ ਨਾਲ ਦੁੱਖ ਘੱਟ ਜਾਂਦਾ। ਤੈਨੂੰ ਤਾਂ ਪਤਾ ਆ ਜੱਗੇ ਦੇ ਵਿਆਹ ਤੋਂ ਪਹਿਲਾਂ ਆ ਨਿਆਈ ਵਾਲੇ 2 ਕਿੱਲੇ ਉਹ ਵੇਚੀ ਸੀ ਮੈਂ ਜ਼ਮੀਨ, ਉਹ ਲੰਬੜਦਾਰਾਂ ਨੇ ਲਈ ਤੀ। ਹਾਂ ਹਾਂ, ਮੈਂ ਤਾਂ ਸੋਚਿਆ ਸੀ ਚੱਲ ਜੱਗੇ ਦੀ ਜ਼ਿੰਦਗੀ ਬਣ ਜੂਗੀ, ਤਾਂ ਹੀ ਮੈਂ ਜ਼ਮੀਨ ਵੇਚੀ ਸੀ, ਬੈਂਡਾਂ ਵਾਲੀ ਕੁੜੀ 'ਤੇ ਪੈਸਾ ਲਾ ਕੇ ਉਹਨੂੰ ਬਾਹਰ ਭੇਜਿਆ। ਹੁਣ ਕੁੜੀ ਜਦੋਂ ਉੱਥੇ ਜਾ ਕੇ ਸੈੱਟ ਹੋ ਗਈ, ਕਹਿੰਦੀ ਮੇਰੇ ਮੁੰਡਾ ਨਹੀਂ ਪਸੰਦ, ਦੱਸ ਮੈਂ ਕੀ ਕਰਾਂ ਹੁਣ। ਭਰਾ ਜੀ, ਤੁਸੀਂ ਆ 5-7 ਬੰਦੇ ਵਿੱਚ ਪਾ ਕੇ ਗੱਲ ਕਰੋ ਨਾ, ਜਦੋਂ ਤੁਹਾਡੇ ਪੈਸੇ ਲਵਾਉਣੇ ਸੀ ਉਦੋਂ ਮੁੰਡਾ ਪਸੰਦੇ ਸੀ, ਹੁਣ ਪਹੁੰਚ ਗਏ ਕੈਨੇਡਾ ਤਾਂ ਕਹਿੰਦੀ ਮੁੰਡਾ ਨਹੀਂ ਪਸੰਦ, ਆ ਕਿਹੜੀ ਗੱਲ ਹੋਈ? ਸੱਚੀ ਭਰਾ ਜੀ, ਅੱਜ ਕੱਲ੍ਹ ਦੀਆਂ ਕੁੜੀਆਂ ਦਾ ਜਮਾਂ ਹੀ ਨਹੀਂ ਪਤਾ ਕੀ ਕਰਦੀਆਂ ਕੀ ਨਹੀਂ। ਉਹ ਕਰਤਾਰ ਸਿੰਘ, ਦਲੀਪ ਕੌਰ ਦੀ ਗੱਲ ਸਹੀ ਆ, ਆਪਾਂ 4 ਬੰਦੇ ਇਕੱਠੇ ਕਰਕੇ ਨਾ ਕੁੜੀ ਵਾਲਿਆਂ ਦੇ ਮੂੰਹ ਤਾਂ ਲੱਗੀਏ। ਉਹ ਬਾਈ ਕੀ ਗੱਲ ਕਰੀਏ ਕੁੜੀ ਵਾਲਿਆਂ ਨਾਲ, ਕੁੜੀ ਤਾਂ ਕੈਨੇਡਾ 'ਚ ਜਾ ਕੇ ਕਿਸੇ ਹੋਰ ਮੁੰਡੇ ਨਾਲ ਰਹਿਣ ਲੱਗ ਗਈ, ਹੁਣ ਜਦੋਂ ਅਸੀਂ ਕੁੜੀ ਵਾਲਿਆਂ ਨੂੰ ਕਹਿੰਦੇ ਹਾਂ ਉਹ ਕਹਿੰਦੇ ਸਾਡੀ ਕੁੜੀ ਫੋਨ ਹੀ ਨਹੀਂ ਚੱਕਦੀ, ਹੁਣ ਦੱਸ ਮੈਂ ਕਿਹੜੇ ਖੂਹ 'ਚ ਜਾਵਾਂ। ਭਾਈ ਫਿਰ ਤਾਂ ਸਾਰਿਆਂ ਦੀ ਇੱਕ ਸਲਾਹ ਹੈ, ਫਿਰ ਤਾਂ ਸਾਰਾ ਟੱਬਰੇ ਬੇਈਮਾਨ ਆ, ਇਹੋ ਜਿਹੇ ਬੰਦੇ ਤਾਂ ਪਹਿਲਾਂ ਹੀ ਸਾਰਾ ਗਿਣ ਮਿਣ ਲੈਂਦੇ ਨੇ,
फिर सारे ड्रामे करते हैं, सानू तो पता नहीं साड़ी कुड़ी कहने तो बाहर आ गल है कोई। ओ भाई बलदेव सिंह, उधरों तो शर्म का मारा मुंडा नहीं घरों बाहर निकलता, कहिंदा लोग टीचर करते ने, दस की करिए। जग्गा कहिंदा बापू मैनू तो बाहर निकल शर्म आउंदी है। सच कहां भरा जी, लोग अजकल बाले बेईमान हो गए, लोगों ने तो पैसा ही मुख बना लिया, रिश्तेदारियां तो खत्म अजकल, हुण तो भाई कोई कहण की गल नहीं। करतार सिंह, बंदा ना पैसा पैसा इकट्ठा करके पैसा जोड़ता, यह जे बंदे दे कड़ा मुँह ते लिखे हुंदा। हाँ बस रब ही रखा। होर भाई बलदेव सिंह, जदों रात नूं सोचण लग जाने सारी रात नींद नहीं आउंदी, आही फिकरां च लंघ जांदी है रात, बई की करिए की ना करिए। की कह सकदे हुण, जदों रिश्तेदारी बेईमान बंदे नाल पै जाए। असल च गलती थोड़ी भी है, तुसीं पहलां कुड़ी वाले की जानकारी नहीं पूरी ली भी उह कितना दे बंदे ने कितना दे नहीं, जब देखिया भी कुड़ी दे बैंड आए ने पड़क दे ने करता भी साडा मुंडा तां बाहर गया, बाद च पछताण दा कोई फायदा नहीं। ओ भाई बलदेव सिंह, बेईमान बंदे दे कड़ा मत्थे ते लिखिया हुंदा है भी इह बेईमान है, वो तो वरत की पता लगता है। भाई सच दसा, हुण तां रब ही रख है। सही कहने आ भाई तुसी, अजकल तो पता ही नहीं लगता कि दिल विच की चली जांदा की नहीं, आ कुड़ियां तो खास करके। ओ चल सारियां कुड़ियां नहीं बेईमान होंदियां, ऐ तां कुछ चंगियां भी ने कुछ माड़ियां भी ने। चलो देखदे की बनता। चंगा बलदेव सिंह, मैं चलदा, दीपे होरां नूं तां टाइम लग जाणा, आ शगन रख लो। ओ रहण दे। ना ना शगन तां रखो, चंगा भरजाई रहण दिंदे भाई। ना जी ना, शगन जरूरी है। ठीक है जी, धन्नवाद। चंगा जी, सति श्री अकाल। अल्लाह पैसे रख फड़ा दे। ले दस, ओ तां बेचारा पहले ही इन्ना दुखी है। चल कोई ना, है फिर भी शगन दे गया। मेरा दिल ऐ कहिंदा बई आपां दीपे नाल गल करांगे इहदे मुंडे जग्गे बारे, शायद कोई इहनां दा बन्ना कंडा लग ही जावे। ओ देख लांगे गल करके कि भाई उत्थे पता कर दो। बाला ही दुखी आ बेचारा। ओ तरमे, ओ अजकल यार आपां नूं कोई ब्याह च ही नहीं सद रहा, बंदा खाफ ही आउंदा कुछ ना कुछ। ओ पतंदरा, आपां नूं सद्दा कौण आ, अपनियां करतूतां पता ने सारिआं नूं। ओ यार तरमे, ओ यार आपां नूं लोक सद्दे क्यों नहीं ब्याह च, कारण की है? पहला पहला हरेक बंदा बुलाउंदा सी। ओ एक कारण तां सिद्धा जा यार, लोकां नूं पता वी तिन्ने जणे डक्का तोड़दे नहीं हैगे, खांदे कल्ले कल्ले तीन तीन जणिआं दा खाणा। ओ तां ही तां लोक आपां नूं भुख टोला कहिंदे ने, वी साले भुखड़ ने, बेलड़ डक्का तोड़दे नहीं। ओ मनजीत, ओ देख ओए दीपा तां अपने कहिंदे झाकदा वी नहीं हैगा, ओ इह तां अपने कहिंदे झाकिआ वी नहीं हैगा। ओ यार इन्हां लोकां दा की आ, ओह इन्हां दी तां कनेडा तों आ के एवीं हवा खराब हो जांदी है, फिर अपने वर्गे नूं तां बंदे नहीं समझदे इह। ओ यार काहदी कनेडा, ओ इधर आ गए यार, हवा करदे ने, आ जैकटां जूटां जिहा पा के, आ बूट बाट जिहे पा के आपां दिखाउंदे फिरी जांदे ने, ओ उद्दर तां मूंह धोण दा टाइम नहीं ना कोले। गल तां तेरी सही आ बई, ओ इह गल तां मैं वी सुणी आ, कहिंदे हफ्ते हफ्ते दी दाल सब्जी इकट्ठी बणा के रखदे ने इह, फिर ओही सब्जी सारा हफ्ता खाई जांदे ने। ਬਈ ਰੋਟੀਆਂ ਦਾ ਕਿਵੇਂ ਕਰਦੇ ਹੋਣਗੇ? ਓਏ ਰੋਟੀ ਦਾ ਵੀ ਐਂ ਕਰਦੇ ਨੇ, ਓਏ ਹੋਰ ਉੱਥੇ ਉਹਦੀ ਮਾਂ ਬੈਠੀ ਆ ਵੀ ਤਾਜ਼ੀਆਂ ਲਾ ਕੇ ਖਵਾਊਗੀ। ਉਹ ਹਫ਼ਤੇ ਦੀ ਰੋਟੀ ਬਣਾ ਲੈਂਦੇ ਨੇ, ਫਿਰ ਤੱਤੀਆਂ ਕਰ ਕਰ ਖਾਈ ਜਾਂਦੇ ਨੇ, ਅਤੇ ਜਾਂ ਫਿਰ ਉੱਥੇ ਆਪਣੇ ਬਰਗਰ ਬੁਰਗਰ ਚੱਲਦੇ ਨੇ। ਉਹ ਨਾ ਬਈ, ਮੈਂ ਨਹੀਂ ਆਉਂਦਾ ਕਨੇਡਾ ਕਨੂਡਾ, ਨਾ ਆਪਾਂ ਕਨੇਡਾ ਵਾਲੀ ਕੁੜੀ ਨਾਲ ਵਿਆਹ ਕਰਾਈਏ। ਉਹ ਗੱਲ ਸੁਣੋ, ਉਹ ਰਿਸ਼ਤਾ ਤੈਨੂੰ ਇੱਥੇ ਨਹੀਂ ਹੁੰਦਾ, ਕਨੇਡਾ ਜਾ ਕੇ ਕਿਵੇਂ ਹੋਜੂ? ਵੱਡਾ ਆਇਆ ਕਨੇਡਾ ਵਾਲਾ, ਉਹ ਇੱਥੇ ਤੇਰੇ ਮਾਂ ਬਾਪ ਦਾ ਪੂਰਾ ਜ਼ੋਰ ਲੱਗਿਆ ਪਿਆ, ਭਾਲਦਾ ਕਨੇਡਾ ਵਾਲੀ, ਤੋਰੂ ਤੇਰੇ ਕੋਈ ਡੋਲੇ ਕਨੇਡਾ ਨੂੰ ਕਹਾਂ। ਉਹ ਨਾਲੇ ਬਚ ਕੇ ਰਹੀ। ਕਿਉਂ ਓਏ ਬਚ ਕੇ ਕਿਉਂ ਰਹਿਣਾ? ਆਹ ਕਰਤਾਰ ਸਿੰਘ ਦੇ ਮੁੰਡੇ ਨੂੰ ਕਿਵੇਂ ਮਾਂਜ ਕੇ ਰੱਖਿਆ ਕਨੇਡਾ ਵਾਲੀ ਨੇ ਪਤਾ? 2 ਕਿੱਲੇ ਬਕਵਾਤੇ ਅਗਲੀ ਨੇ, 2 ਕਿੱਲੇ। ਹਾਂ
ਉਹ ਕੈਨੇਡਾ ਜਾਣ ਦੇ ਚੱਕਰ 'ਚ 2 ਕਿੱਲੇ ਵੇਚਤੇ ਅਗਲੇ ਨੇ। ਹੁਣ ਕੁੜੀ ਮੁੰਡੇ ਨੂੰ ਬਾਹਰ ਨਹੀਂ ਸਕਦੀ, ਉਹ ਇਹਨਾਂ ਦਾ ਪੈਸਾ ਲਵਾ ਕੇ ਆਪ ਮੌਜ ਕਰਦੀ ਹੈ। ਉਹ ਜੱਗਾ ਵਿਚਾਰਾ ਅੰਦਰੋਂ ਹੀ ਨਿਕਲਦਾ ਸ਼ਰਮ ਦਾ ਮਾਰਾ। ਉਹ ਕੁੜੀ ਕਹਿੰਦੀ ਮੇਰੇ ਤਾਂ ਮੁੰਡੇ ਹੀ ਨਹੀਂ ਪਸੰਦ, ਉਹ ਤਾਂ ਕੈਨੇਡਾ ਜਾ ਕੇ ਕਿਸੇ ਹੋਰ ਮੁੰਡੇ ਨਾਲ ਰਹਿੰਦੀ ਆ, ਉਹ ਤਾਂ ਕਹਿੰਦਾ ਉਹ ਵੀ ਬਚ ਕੇ ਰਹੀ। ਉਹ ਬਾਈ ਫਿਰ ਤਾਂ ਜੱਗੇ ਉਹਨਾਂ ਨਾਲ ਬਾਹਲੀ ਮਾੜੀ ਹੋਈ ਆ ਯਾਰ, ਉਹ ਉਸੇ ਕਰਕੇ ਤਾਂ ਜੱਗਾ ਬਾਹਰ ਨਹੀਂ ਨਿਕਲਦਾ। ਆਪਾਂ ਨੇ ਕਿਹੜਾ ਦੇਖਿਆ ਹੁਣ ਕਿੰਨੇ ਦਿਨ ਹੋ ਗਏ। ਉਹ ਯਾਰ ਉਹ ਸਿਆਣਿਆਂ ਦੀਆਂ ਕਈਆਂ ਗੱਲਾਂ ਸੱਚੀਆਂ ਹੁੰਦੀਆਂ ਨੇ, ਕੌਣ ਕਿਸੇ ਦਾ ਵਿਹਲੀ ਦੁਨੀਆਂ ਮਤਲਬ ਦੀ, ਉਹ ਕਹਾਵਤਾਂ ਸੱਚ ਨੇ ਬਾਈ। ਉਹ ਆਪਦਾ ਮਤਲਬ ਕੱਢ ਗਈ, ਹੁਣ ਉਹਨੇ ਜੱਗੇ ਤੋਂ ਕੀ ਲੈਣਾ, ਉਹ ਬੈਠੀ ਆ ਕੈਨੇਡਾ ਟਾਵਰ ਨਾਲ, ਇਹ ਇੱਥੇ ਦਿਮਾਗੀ ਟੈਨਸ਼ਨ ਲਈ ਬੈਠਾ। ਉਹ ਵੀ ਤਿਆ ਉਹ ਜੱਗਾ ਆਪਣਾ ਯਾਰ ਦੋਸਤ ਹੈ, ਉਹਦਾ ਪਤਾ ਤਾਂ ਲਈਏ ਯਾਰ ਕਿਸ ਦਿਨ ਜਾ ਕੇ, ਆਪਣਾ ਹੱਕ ਬਣਦਾ ਕਿ ਉਹਦੇ ਨਾਲ ਮਾੜਾ ਮੋਟਾ ਦੁੱਖ ਸੁੱਖ ਕਰੀਏ। ਉਹ ਹੁਣ ਤਾਂ ਰਿਸ਼ਤੇ ਨਾਤਿਆਂ 'ਚ ਵੀ ਠੱਗੀਆਂ ਵੱਜਣ ਲੱਗੀਆਂ, ਹਰ ਕੋਈ ਆਪਣੇ ਉੱਲੂ ਸਿੱਧਾ ਰੱਖਦਾ, ਦੂਜੇ ਬਾਰੇ ਨਹੀਂ ਬਾਈ ਕੋਈ ਸੋਚਦਾ। ਉਹ ਸਹੀ ਗੱਲ ਆ ਮਨਜੀਤੇ, ਪਹਿਲਾਂ ਵੱਡੇ ਰਿਸ਼ਤਾ ਕਰਦੇ ਹੁੰਦੇ ਤੇ ਨਾ ਉਹੀ ਮਨਜ਼ੂਰ ਹੁੰਦੇ ਤੇ। ਉਹ ਹੈਪੀ ਉਹ ਪਹਿਲਾਂ ਲੋਕ ਜਵਾਨ ਦੇਖ ਕੇ ਰਿਸ਼ਤੇ ਕਰਦੇ ਸੀ ਅਤੇ ਹੁਣ ਜੇਬ ਦੇਖ ਕੇ ਕਰਦੇ ਆ, ਵੀ ਉਦੋਂ ਲੋਕ ਜਵਾਨ ਦੇ ਪੱਕੇ ਸੀ, ਜਵਾਨ ਦੇਖ ਹੀ ਰਿਸ਼ਤੇ ਕਰ ਦਿੰਦੇ ਸੀ ਅਤੇ ਹੁਣ ਰਿਸ਼ਤੇ ਪੈਸੇ ਦੇ ਨੇ। ਉਹ ਬਾਈ ਜਵਾਨਾਂ ਨੂੰ ਹੁਣ ਕੌਣ ਪੁੱਛਦਾ, ਉਹ ਗਏ ਪਹਿਲਾਂ ਨੇ ਟਾਈਮ, ਹੁਣ ਉਹ ਹੁਣ ਤਾਂ ਬਸ ਰੱਬ ਰੱਬ ਹੀ ਆ। ਉਹ ਚਲੋ ਛੱਡੋ ਯਾਰ, ਆਪਾਂ ਵੀ ਕਿੱਥੇ ਕਥਾ ਕਰਨ ਬਹਿ ਗਏ, ਅੱਜ ਆਪਾਂ ਤਿੰਨੇ ਨਾ ਜੱਗੇ ਨੂੰ ਮਿਲਣ ਚੱਲਦੇ ਹਾਂ, ਤੁਸੀਂ ਆਪਦੇ ਕੰਮ ਧੰਦੇ ਨਿਬੇੜ ਕੇ ਨਾ ਫਿਰ ਟਾਈਮ ਨਾਲ ਆ ਜਾਓ ਮੋੜ 'ਤੇ, ਉਹਦਾ ਵਿਚਾਰੇ ਦਾ ਪਤਾ ਤਾਂ ਲੈ ਕੇ ਆਈਏ, ਠੀਕ ਆ, ਅਤੇ ਨਾਲੇ ਜਿੰਨੀ ਕੁ ਮਦਦ ਹੋਈ ਆਪਾਂ ਮਦਦ ਵੀ ਕਰ ਦਾਂਗੇ। ਚਲੋ ਫਿਰ ਚੱਲੀਏ, ਆ ਜਾਓ। ਠੀਕ ਆ ਬਾਈ, ਉਹ ਹੈਪੀ ਆ ਚੱਲੀਏ ਆਪਾਂ। ਉਹ ਹੋਰ ਆਪਾਂ ਵੀ ਚੱਲਦੇ ਹਾਂ, ਗੱਲ ਤਾਂ ਬਾਈ ਵੈਸੇ ਚੰਗੀ ਕਹਿ ਸੀ, ਪਹਿਲਾਂ ਤਾਂ ਕੰਮ ਕਾਰ ਨਿਬੇੜਦੇ ਹਾਂ ਫਿਰ ਚੱਲਦੇ ਹਾਂ ਉੱਧਰ। ਦੀਪੇ ਦੇ ਬਾਪੂ ਦੀਪੇ ਹੁਣਾਂ ਨੂੰ ਗਿਆਂ ਨੂੰ ਕਿੰਨਾ ਟਾਈਮ ਹੋ ਗਿਆ, ਹਜੇ ਤੱਕ ਬਾਜ਼ਾਰ ਤੋਂ ਨਹੀਂ ਆਏ। ਓਏ ਆ ਜਾਣਗੇ, ਸਮਾਨ ਸਮੂਨ ਲੈਣ ਨੂੰ ਟਾਈਮ ਲੱਗ ਜਾਂਦਾ। ਲੈ ਦੱਸ ਐਡਾ ਵੀ ਕੀ ਬਾਜ਼ਾਰ ਕਿੰਨਾ ਕੁ ਖਰੀਦਣਾ ਸੀ, ਹਜੇ ਤੱਕ ਬਾਜ਼ਾਰ ਤੋਂ ਨਹੀਂ ਆਏ। ਉਹ 100 ਸਮਾਨ ਲੈਣਾ ਹੁੰਦਾ ਜਵਾਕ ਨੇ, ਤੂੰ ਹੀ ਫਿਕਰ ਲੈ। ਉਹ ਆ ਗਏ, ਉਹ ਆ ਜਾਓ ਭਾਈ, ਓਏ ਤੁਹਾਡੀ ਵਾਲੀ ਫਿਕਰ ਹੋ ਰਹੀ ਸੀ। ਆ ਗਏ ਮੰਮੀ ਜੀ। ਬਾਪੂ ਬਾਲਾ ਫਿਕਰ ਨਾ ਕਰਕੇ ਸਾਡਾ, ਉੱਥੇ ਵੀ ਤਾਂ ਅਸੀਂ ਆਪੇ ਰਹਿੰਦੇ ਇਕੱਲੇ। ਚਲੋ ਉਹ ਤਾਂ ਗੱਲ ਠੀਕ ਹੈ, ਪਰ ਪੁੱਤ ਅੱਜ ਕੱਲ੍ਹ ਦੁਨੀਆ ਬਹੁਤ ਰੰਗੀ ਹੈ, ਦੂਜਿਆਂ ਨੂੰ ਰੋਟੀ ਖਾਂਦੇ ਦੇਖ ਕੇ ਜਰਦੇ ਨਹੀਂ ਹੈਗੇ, ਤਾਂ ਡਰ ਲੱਗਦਾ ਪੁੱਤ। ਆ ਲੈ। ਆ ਲਓ ਬਾਪੂ ਜੀ, ਮੰਮੀ ਜੀ, ਪਹਿਲਾਂ ਖਾ ਲਓ ਫਿਰ ਗੱਲਾਂ ਮਾਰਾਂਗੇ। ਆ ਲਓ ਬਾਪੂ ਜੀ। ਆ ਕੀ ਆ ਹੋਏ ਭਾਈ, ਮੈਨੂੰ ਲੱਗਦਾ ਖਾਸਾ ਖਰਚਾ ਕਰਿਆ ਤੁਸੀਂ। ਆ ਕੀ ਆ ਕੁੜੇ ਬਹੂ, ਆ ਵਿੱਚ ਟਮਾਟਰ, ਗੰਢੇ, ਡਬਲ ਰੋਟੀਆਂ ਜਿਹੀਆਂ, ਆ ਵਿੱਚ ਸੇਵੀਆਂ ਜਿਹੀਆਂ, ਸਭ ਕੁਛ ਕੱਚਾ ਸੁੱਟਿਆ ਹੋਇਆ। ਮੰਮੀ ਜੀ ਇਹਨੂੰ ਬਰਗਰ ਕਹਿੰਦੇ ਨੇ। ਕੀ ਕਹਿੰਦੇ ਨੇ? ਕਹਿੰਦੇ ਨੇ ਗੜਬੜ। ਗੜਬੜ? ਨਹੀਂ ਨਹੀਂ ਬਰਗਰ। ਉਹ ਬਾਪੂ ਗੜਬੜ ਨਹੀਂ ਬਰਗਰ ਹੁੰਦਾ ਆ। ਬਰਗਰ? ਹਾਂ ਦੇਖ ਲਾ ਦਲੀਪ ਕੁਰੇ, ਕਿਸ ਤਰ੍ਹਾਂ ਦੀ ਚੀਜ਼ਾਂ ਗਈਆਂ ਹੈ, ਸਾਨੂੰ ਤਾਂ ਨਾਂ ਵੀ ਨਹੀਂ ਲੈਣੇ ਆਉਂਦੇ, ਗੜਬੜ। ਬਾਪੂ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ। ਮੈਂ ਕਦੇ ਤੇਰੇ ਬਾਪੂ ਨਾਲ ਸ਼ਹਿਰ ਨਹੀਂ ਸੀ ਜਾਂਦੀ, ਜੇ ਕਿਤੇ ਸ਼ਹਿਰ ਚਲੇ ਗਈ ਆ ਦਾਦੇ ਮੰਗਾਵੇ, ਸੰਗ ਦੇ ਮਾਰੇ ਕਦੀ ਚਾਹ ਦਾ ਕੱਪ ਨਹੀਂ ਸੀ ਪੀਤਾ, ਬਾਕੀ ਗੱਲਾਂ ਤਾਂ ਦੂਰ। ਆ ਦੇਖ ਲਓ ਜਦ ਆਪਾਂ ਸ਼ਹਿਰ ਜਾਂਦੇ ਨਾ ਬੱਸ 'ਚ ਬਹਿ ਕੇ, ਤੀਵੀਆਂ ਐਂ ਖਾਂਦੀਆਂ ਨੇ, ਚਵੜ ਚਵੜ ਵੱਢੀ ਜਾਂਦੇ ਨੇ, ਜਮਾਂ ਸ਼ਰਮ ਨਹੀਂ ਕਰਦੀਆਂ। ਆ ਦੇਖ ਲਾ ਕੈਲੇ ਦੀ ਬਹੂ, ਬੱਸ 'ਚ ਬੈਠੀ ਪਰਸੋਂ ਚੌਥ ਕੇਲਾ ਛਿੱਲ ਕੇ ਖਾਈ ਜਾਵੇ, ਮੈਨੂੰ ਕਹਿੰਦੀ ਚਾਚੀ ਖਾ ਲਾ, ਮੈਂ ਕਿਹਾ ਨਾ ਭੈਣੇ ਮੈਨੂੰ ਤਾਂ ਉਦੇ ਸ਼ਰਮ ਆਈ ਜਾਵੇ। ਓਏ ਉਹ ਤਾਂ ਹੈ ਹੀ ਭੁੱਖੀ ਆ, ਵਿਆਹ ਸ਼ਾਦੀ ਨਹੀਂ ਦੇਖੀ ਉਹ, ਪਕੌੜਿਆਂ ਦੀ ਪਲੇਟ ਨਾ ਤੁੜੀ ਵਾਲੇ ਟਰੱਕ ਵਾਂਗੂ ਭਰ ਲੈਂਦੀ ਆ, ਉੱਪਰੋਂ ਪਾ ਦਿੰਦੀ ਆ ਭਾਈ ਚਟਣੀ, ਹੈ ਨਾ, ਵਿੱਚ ਰਸਗੁੱਲੇ, ਵਿੱਚ ਗੁਲਾਬ ਜਾਮਣਾ, ਫਿਰ ਚਾਪੜ ਚਾਪੜ ਖਾਈ ਜਾਂਦੀ ਆ। ਆਹੋ ਬਾਪੂ ਜੀ, ਪਹਿਲਾਂ ਸਮਾਂ ਹੋਰ ਸੀ, ਹੁਣ ਸਮਾਂ ਹੋਰ ਆ। ਪਹਿਲਾਂ ਲੋਕ ਲੈਂਡਲਾਈਨ ਤੇ ਫੋਨ ਕਰਦਾ ਸੀ, ਹੁਣ ਹਰ ਕੋਈ ਮੋਬਾਈਲ ਚੱਕੀ ਫਿਰਦਾ ਹੱਥ 'ਚ। ਆਹ ਤਾਂ ਫਰਕ ਹੈ, ਪਹਿਲਾਂ ਜੇ ਕੋਈ ਫੋਨ ਕਰਦਾ ਵੀ ਤਾਂ ਸ਼ਹਿਰ ਜਾ ਕੇ ਕਰਨਾ ਪੈਂਦਾ ਸੀ, ਪਿੰਡਾਂ 'ਚ ਕਿੱਥੇ ਫੋਨ ਤੇ, ਪਿੰਡਾਂ 'ਚ ਤਾਂ ਚਿੱਠੀ ਪੱਤਰੀ ਨਾਲੇ ਕੰਮ ਚਲਾ ਲੈਂਦੇ ਤੇ, ਆਹ ਹੁਣ ਦੇਖ ਲਾ ਜਣਾ ਖਣਾ ਮੋਬਾਈਲ ਚੱਕੀ ਫਿਰਦਾ, ਜਦ ਮਰਜ਼ੀ ਗੱਲ ਕਰੋ ਜਦ ਮਰਜ਼ੀ ਨਾ।
ਬਾਪੂ ਤੈਨੂੰ ਯਾਦ ਆ ਇੱਕ ਵਾਰੀ ਮੈਂ ਤੇਰੇ ਨਾਲ ਸ਼ਹਿਰ ਗਿਆ ਸੀ ਆਪਾਂ ਨਰਮਾ ਵੇਚਣ ਗਏ ਸੀ ਹਾਂ ਹਾਂ ਯਾਦ ਆ ਤੂੰ 7-8 ਸਾਲ ਦਾ ਸੀ ਉਦੋਂ ਆਪਣੇ ਨਾਲ ਬੰਤਾ ਵੀ ਸੀ ਬਾਬਾ ਹਾਂ ਉਹ ਇੱਕ ਬੰਦਾ ਹੋਰ ਵੀ ਸੀ ਜੈਲਾ ਹਾਂ ਜੈਲਾ ਹਾਂ ਭਾਈ ਬਹੂ ਇਹਦੀ ਗੱਲ ਤੋਂ ਯਾਦ ਆ ਗਈ ਮੈਨੂੰ ਗੱਲ ਅਸੀਂ ਭਾਈ ਬਾਗੇ ਜਗਰਾਵਾਂ ਬਹਿ ਗਏ ਮੰਡੀ 'ਚ ਇਹ ਕਹਿੰਦੇ ਸਾਨੇ ਕੁਛ ਖਾਣਾ ਪੀਣਾ ਚਾਹ ਪੀਣੀ ਆ ਮੈਂ ਕਿਹਾ ਭਾਈ ਪੀ ਲਓ ਅਸੀਂ ਬਹਿ ਗਏ ਜਾਗੇ ਢਾਬੇ 'ਤੇ ਸਾਡੇ ਮੂਹਰੇ ਬੰਦੇ ਕੁਛ ਖਾਈ ਜਾਣ ਪਲੇਟਾਂ 'ਚ ਰੱਖ ਕੇ ਕੁਛ ਅੱਛਾ ਬਾਪੂ ਜੀ ਫਿਰ ਕੀ ਬਣਿਆ ਬਾਪੂ ਜੀ ਨਾ ਤਾਂ ਮੈਨੂੰ ਪਤਾ ਨਾ ਬੰਤੇ ਨੂੰ ਪਤਾ ਨਾ ਜੈਲੇ ਨੂੰ ਪਤਾ ਇਹ ਤਾਂ ਹੈ ਹੀ ਜਵਾਕ ਸੀ ਇਹਨੂੰ ਤਾਂ ਪਤਾ ਹੀ ਕੀ ਹੋਣਾ ਸੀ ਫਿਰ ਬੰਤਾ ਉੱਠ ਕੇ ਉਹਨਾਂ ਕੋਲ ਗਿਆ ਕਹਿੰਦਾ ਵੀ ਸਾਨੂੰ ਉਹ ਚੀਜ਼ ਚਾਹੀਦੀ ਜਿਹੜੀ ਉਹ ਖਾ ਰਹੇ ਨੇ ਹੋਟਲ ਵਾਲਾ ਕਹਿੰਦਾ ਭੈਣ ਪਾਗਲ ਆ ਤੁਸੀਂ ਹੈ ਭਾਈ ਮੇਰੀ ਹਾਸੀ ਨਿਕਲੀ ਉਹ ਹੋਟਲ ਵਾਲਾ ਕਹਿੰਦਾ ਭਾਈ ਸਮੋਸੇ ਹੁੰਦੇ ਨੇ ਸਾਨੂੰ ਤਾਂ ਫਿਰ ਪਤਾ ਲੱਗਿਆ ਵੀ ਆਹ 3-ਗੁਣੀ ਚੀਜ਼ ਨੂੰ ਸਮੋਸਾ ਕਹਿੰਦੇ ਨੇ ਹਾਂ ਫਿਰ ਭਾਈ ਸਾਨੇ ਚਟਜੀ ਡਬੋ ਡਬੋ ਖਾਏ ਸਵਾਦ ਤੇ ਹੈ ਨਾ ਸਹੀ ਗੱਲ ਹੈ ਤੈਨੂੰ ਤਾਂ ਖਰ ਯਾਦ ਨਹੀਂ ਹੋਣਾ ਬਾਪੂ ਜੀ ਪਹਿਲਾਂ ਦੇ ਟਾਈਮ 'ਚ ਤਾਂ ਲੋਕ ਬਹੁਤ ਪਛੜੇ ਹੋਏ ਸੀ ਮੀਨਸ ਬੈਕਵਰਡ ਪੁੱਤ ਪਹਿਲੇ ਸਮੇਂ ਲੋਕ ਭਾਵੇਂ ਪਛੜੇ ਹੋਏ ਸੀ ਪਰ ਨੀਤਾਂ ਸਾਫ਼ ਸੀ ਆਪਸ ਵਿੱਚ ਪਿਆਰ ਬਹੁਤ ਸੀ ਕੋਈ ਚੁਸਤ ਚਲਾਕੀ ਇੱਕ ਦੂਜੇ ਨਾਲ ਕੋਈ ਬੇਈਮਾਨੀ ਨਹੀਂ ਸੀ ਕਰਦਾ ਪਰ ਅੱਜ ਕੱਲ੍ਹ ਬਾਪੂ ਪਿਆਰ ਨਹੀਂ ਰਿਹਾ ਹਾਂ ਪਿਆਰ ਤਾਂ ਭਾਈ ਖੰਭ ਲਾ ਕੇ ਉੱਡ ਗਿਆ ਸਾਰਾ ਅੱਜ ਕੱਲ੍ਹ ਤਾਂ ਸਭ ਦਿਖਾਵੇ ਦੀਆਂ ਗੱਲਾਂ ਰਹੀਆਂ ਨੇ ਹਾਂ ਦੀਪੇ ਕੋਈ ਅੱਜ ਭਾਈ ਕਰਤਾਰ 'ਚੋਂ ਆਇਆ ਸੀ ਆਪਣੇ ਘਰਾਂ ਉਹ ਕਹਿੰਦਾ ਮੈਨੂੰ ਪਤਾ ਲੱਗਿਆ ਤੁਹਾਡੇ ਮੁੰਡੇ ਦਾ ਵਿਆਹ ਹੋ ਗਿਆ ਅੱਛਾ ਅੱਛਾ ਉਹ ਸ਼ਗਨ ਵੀ ਦੇ ਕਹਿੰਦੀ ਆ ਫੜਾ ਦੇ ਫੜਾ ਦੇ ਜਵਾਕ ਆ ਸੱਚ ਕੋਲੇ ਹੀ ਆ ਮੇਰੇ 500 ਰੁਪਈਆ ਬਥੇਰਾ ਜ਼ੋਰ ਲਾਇਆ ਮੈਂ ਕਿਹਾ ਰਹਿਣ ਦੇ ਹਾਏ ਉਹ ਤਾਂ ਅੱਗੇ ਬਹੁਤ ਥੱਲੇ ਲੱਗਾ ਹੋਇਆ ਚਲੋ ਕੋਈ ਨਾ ਬਾਪੂ ਤੁਸੀਂ ਦੱਸਦੇ ਸੀ ਵੀ ਜੱਗੇ ਨੇ ਵੀ ਆਈਲੈਟਸ ਵਾਲੀ ਕੁੜੀ ਨਾਲ ਵਿਆਹ ਕਰਵਾ ਲਿਆ ਜੱਗਾ ਚੱਲਿਆ ਗਿਆ ਕੈਨੇਡਾ ਬੇ ਪੁੱਤ ਕਾਨੂੰ ਗਿਆ ਕੈਨੇਡਾ ਉਹਨਾਂ ਨਾਲ ਤਾਂ ਬਾਲੀ ਠੱਗੀ ਹੋ ਗਈ ਉਹ ਕਿਵੇਂ ਬੇਬੇ 7 ਬੈਂਡਾਂ ਵਾਲੀ ਕੁੜੀ ਉਹਦੇ ਨਾਲ ਵਿਆਹ ਕਰਵਾ ਕੇ ਉਹਦੇ ਤੇ ਖਰਚਾ ਕਰਤਾ ਪੈਲੀ ਵੀ ਵੇਚਤੀ ਪੱਕਾ ਵਿਆਹ ਕਰਤਾ ਆ ਦੇਖ ਲਾ ਜਾ ਕੇ ਕੈਨੇਡਾ ਬਦਲ ਗਈ ਕਹਿੰਦੀ ਮੈਂ ਤਾਂ ਹੋਰ ਮੁੰਡੇ ਨਾਲ ਰਹਿਣਾ ਉਹਦੇ ਨਾਲ ਹੀ ਰਹਿੰਦੀ ਆ ਅਖੇ ਮੈਨੂੰ ਮੁੰਡਾ ਪਸੰਦ ਨਹੀਂ ਪੈਸੇ ਲਾਉਣ ਵੇਲੇ ਪਸੰਦ ਸੀ ਹੁਣ ਕਹਿੰਦੀ ਮੈਨੂੰ ਮੁੰਡਾ ਪਸੰਦ ਨਹੀਂ ਵਿਚਾਰਿਆਂ ਦੀ ਪੈਲੀ ਵੀ ਵਿਕ ਗਈ ਮੁੰਡਾ ਵੀ ਇੱਥੇ ਹੈ ਪੈਸਾ ਵੀ ਸਾਰਾ ਲਾ ਤਾ ਉਹ ਕਰਤਾਰ ਸਿੰਘ ਨੇ 2 ਕਿੱਲੇ ਵੇਚ ਕੇ ਪੈਸੇ ਲਾਏ ਤੇ ਮੁੰਡੇ ਦੇ ਵਿਆਹ ਤੇ ਕਿਹੜਾ ਕਿਸੇ ਦੇ ਘਰਾਂ ਪਏ ਨੇ ਪੈਸੇ ਮੰਮੀ ਜੀ ਇਹ ਜਿਹੀਆਂ ਕੁੜੀਆਂ ਨਾ ਮਿਹਨਤੀ ਕੁੜੀਆਂ ਦਾ ਵੀ ਭਵਿੱਖ ਖਰਾਬ ਕਰਦੀਆਂ ਨੇ ਇਹਨਾਂ ਨੂੰ ਤਾਂ ਜਮੀ ਸ਼ਰਮ ਨਹੀਂ ਹੈਗੀ ਇਹਨਾਂ ਦਾ ਤਾਂ ਬਾਲਾ ਬੁਰਾ ਹਾਲ ਆ ਬਾਹਰ ਮੈਨੂੰ ਤਾਂ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਵੀ ਉੱਥੇ ਇਹ ਕੀ ਕਰਦੀਆਂ ਨੇ ਕਰਦੀਆਂ ਥੋੜੀ ਕੁੜੀਆਂ ਨੇ ਬਦਨਾਮ ਸਾਰੀਆਂ ਹੁੰਦੀਆਂ ਨੇ ਕਰਤਾਰ ਸਿੰਘ ਦੇ ਮੂੰਹ ਵੱਲਾਂ ਦੇਖ ਕੇ ਮੈਨੂੰ ਤਾਂ ਬਾਲਾ ਹੀ ਤਰਸ ਆਈ ਜਾਵੇ ਵਿਚਾਰਾ ਹੱਡੀਆਂ ਦੀ ਮੁੱਠ ਰਹਿ ਗਿਆ ਉਹ ਕਮਲੀਏ ਜਿਹਦਾ ਘਰ ਲੁੱਟਿਆ ਜਾਵੇ ਨਾ ਉਸੇ ਨੂੰ ਪਤਾ ਹੁੰਦਾ ਕੀ ਬੀਤਦੀ ਆ ਹੈ ਪੈਸਾ ਵੀ ਲੱਗ ਗਿਆ ਪੈਲੀ ਵੀ ਗਈ ਔਰ ਮੁੰਡਾ ਵੀ ਘਰਾਂ ਬੈਠਾ ਮੂੰਹ ਤਾਂ ਨਿਕਲਣਾ ਹੀ ਆ ਮਾੜਾ ਜਿਹਾ ਹੱਡੀਆਂ ਦੀ ਮੁੱਠ ਤਾਂ ਹੋਣਾ ਹੀ ਆ ਉਹ ਬੰਦੇ 'ਚ ਬਾਕੀ ਕੀ ਰਹਿੰਦੀ ਆ ਬਾਪੂ ਅੱਜ ਆਪਾਂ ਉਹਨਾਂ ਦੇ ਘਰ ਚੱਲ ਕੇ ਆਵਾਂਗੇ ਜੋ ਵੀ ਹੋਇਆ ਮਾੜਾ ਹੀ ਹੋਇਆ ਹੁਣ ਤੁਸੀਂ ਐਂ ਕਰੋ ਸ਼ਹਿਰੋਂ ਆਏ ਹੋ ਨਾ ਧੋ ਲਓ ਆਪਾਂ ਹੱਥ ਨਾਲ ਜਾ ਕੇ ਠੀਕ ਹੈ ਮੰਮੀ ਜੀ ਮੇਰਾ ਪੋਪਲੀ ਕਿੱਥੇ ਆ ਪੋਪਲੀ ਤਾਂ ਦੁੱਧ ਪਿਆ ਕੇ ਨਹਾ ਧਵਾ ਕੇ ਸਵਾਦ ਵਾਲੀਆਂ ਐਲਤਾਂ ਕਰਦਾ ਬਾਹਲਾ ਹੀ ਸ਼ਰਾਰਤੀ ਆ ਚਲੋ ਵਧੀਆ ਕੀਤਾ ਜੀ ਆ ਜਾਓ ਫਿਰ ਤੁਸੀਂ ਵੀ ਕੁਛ ਖਾ ਪੀ ਲਓ ਆ ਕੁੜੇ ਬਹੂ ਆ ਸਮਾਨ ਲੈ ਜਾ ਆਪਣਾ ਆ ਲੈ ਧੀਏ ਗੜਬੜ ਵੀ ਤੂੰ ਹੀ ਖਾ ਲੈ ਮੈਂ ਨਹੀਂ ਖਾਂਦੀ ਤਾਂ ਖਾ ਲੈ ਮੈਨੂੰ ਤਾਂ 2 ਰੋਟੀਆਂ ਹੀ ਰਾੜ ਦਿਓ ਕਿਹੜਾ ਅੱਛਾ ਆ ਜਾਓ ਪੁੱਤਰੋ ਆ ਜਾਓ ਅਸੀਂ ਆ ਚਾਚਾ ਸਿੱਧੂ ਪੱਤੀ ਵਾਲੇ ਮੁੰਡੇ ਪੈਰੀ ਪੈਣਾ ਚਾਚਾ ਜੀ ਪੈਰੀ ਪੈਣਾ ਚਾਚਾ ਮੈਂ ਮਨਜੀਤ ਆ ਧਰਮ ਆ ਹੈਪੀ ਬੈਠੋ ਅੱਛਾ ਅੱਛਾ ਹੁਣ ਤਗੜਾ ਚਾਚਾ ਹਾਂ ਠੀਕ ਹੈ ਪੁੱਤ ਠੀਕ ਹੈ ਠੀਕ ਹੈ ਤੁਸੀਂ ਕਿੱਧਰ ਫਿਰਦੇ ਹੋ
कोई टूरनामेंट वास्ते पैसे पूसे इकट्ठे करते फिरते? नहीं नहीं चाचा जी, असी तो जग्गे वीर नूं मिलन आए से। कई दिनों तो देख रहे हाँ, कितने दिखते नहीं है, घरों बाहर ही निकलता। वो ठीक ठाक तो है। बस विलिया तेनू पता ही है, आप जग्गे का ब्याह किया ना वो आईलैट्स वाली कुड़ी नाल। हाँ चाचा, वो तो मैनू पता। थोनू पता है कुड़ी दे बाहर जाने ते पैसा भी आपां लाया है। चल बाहर जाके अपना जग्गे दी भी फैल ला दू, अपना जग्गा भी बाहर वग जूगा। हुण जदों वो बाहर चली गई कहिंदी मेरे मुंडा ही नहीं पसंद। अच्छा, ओ चाचा लोकां ने तो ठगियां दी लक मान लिया, हुण की कीता जावे? जग्गा ऐसे गल दा मारा तां घरों बाहर नहीं निकलदा, बई शर्म आउंदी आ उहनूं बाहर जांदे नूं। हुण जदों उहनूं कोई पिंड दा पुछदा भी कनेडा कदों जाणा है, वो कहिंदा मैनूं शर्म आउंदी है, मैं हुण की जवाब देवां लोकां नूं? ओ चाचा माड़ी गल करी है कुड़ी ने, हुण तो विश्वास ही नहीं रहा लोकां ते। चाचा जग्गा घर ही है? ना ना पुत, जग्गे नूं तां मैं उहदे नानके छड्डिआ आया सी, उरे सारा दिन अंदर पिआ रहिंदा सी। चल उत्थे बाहर अंदर घूमूंगा, माड़ा मोटा फर्क पऊ, माहौल ठीक हो जू। चाचा आ तां धर्म नाल बहुत वधिया गल कीती, नाले इत्थों जाके माहौल चेंज हो जूगा, नाले थोड़े समय बाद उहदे दिमाग चों गल उतर जू। ठीक है, एवें बोझ लई फिरदा सी। तुहानूं पता है मैं तां जमीन वेच के पैसा लाया सी भी चल मुंडे की जिंदगी बन जू, पर सानू की पता सी भी उहदी जिंदगी की बननी है, साडी ओह जिंदगी खराब हो जू। जिन्ना बेचारा नर्म सी उन्नी उहनूं डंड लग गया। असीं तां पुत जमा लुट्टे गए, पैली भी गई ना, मुंडा बाहर गया ते पैसा भी सारा खत्म हो गया। ओ होर भाई करतार सिंह। हाँ भी बलदेव सिंह। बैठे हो? ओ कोई जरूरी गल तां नहीं चल रही? ना ना, गल्लां तां केड़ियां, पिंड दे मुंडे आए सी जग्गे नूं मिलन वास्ते, बैठे बैठे गल्ली पै गए। ओ ना ना ताया, असीं तां इधर चाचे कोल आए सी पता सता लैण। अच्छा अच्छा अच्छा, ओ बस जो लिखांदा बन जांदा। इह तां है, पर करी सॉरी ने माड़ी। बहुत माड़ी जी, बहुत माड़ी। चाचा जी जग्गा वीरा है नहीं घरे? ना ना बेटे, जग्गा तां आपदे नानके गया होया। अच्छा मिलन गया मामे उहनां नूं? ओ कानू पुत, आपां जग्गे दा ब्याह कीता सी ना वो बैंड वाली कुड़ी नाल, कुड़ी साथों पैसे लवा के आप हुण कनेडा वग गई, उत्थे हुण किसे होर मुंडे नाल रहण लग गई। हुण कहिंदी मेरे मुंडा नहीं पसंद, इसे गल दी जग्गा शर्म मन्नी जांदा। चाचा जी इहदी तुहानू शर्म मनण दी की लोड़ है, गलती सारी कुड़ी वालिआं दी आ, थोड़ी की गलती है जी? ओ आही तां असीं गल्लां कर रहे चाचे नाल भी, इहनां दा तां बेचारिआं दा कसूर है कोई नहीं। करतार सिंह, लोगों दी अणखां इच तां खत्म हो गईआं, हुण तां खत्म ही समझ लो काम, हुण तां हर पासे पैसे मूहरे रखे हुए लोगों ने। तुसीं मैनूं कुड़ी दा एड्रैस दो नाले फोन नंबर, आपां जा के ना उत्थे पंजाबी कम्यूनिटी नाल आपे गल कर लांगे। बी इह कुड़ी इंडिया जट्टा धोखा करके ही है। भाई दीपे आ तां बाली वधिया गल आ, जे धर्म नाल कर दवें आ चाचे जिन्नी मदद हो सकती आ ना, बाई बन के जरूर कनेडा जाके करी यार, पुन्न दा ही कम आ। आ देख लै चाचे जमीन भी गई, पैसे भी गए यार, मुंडा तां किसे नाल बोलन जोगा रहा ही नहीं बेचारा, ना घर दे नाल बोलदा ना बाहरलिआं नाल। जे तू आ कम कर दे ना चाचे दा बोझ हल्का होजू, नाले भला निबड़े कम है, चाचा बेचारा बाली टेंशन च है। आपां पूरी कोशिश करांगे, जे जग्गे नूं उत्थे नहीं बुलाउणा तां पैसे मोड़ देवे। करतार सिंह तू भाई फिकर ना कर, परमात्मा के जो भी करूगा ना चंगे करूगा, जड़ी पिछे होगी होगी। बाकी भाई मैं भी दीपे नूं कहता भी जिन्नी तेतों हो सके ना उन्नी मदद करी, फिकर ना कर तू। बलदेव सिंह फिकर वाली कीड़ी गल है, मैं तो पहली बीमार पिया, हुण तां रब दे ही आसरा है। ओ चल भाई कोई ना, फिकर तां हुंदी इही जी, तां कोई गल नहीं, तू अपना ख्याल रखी, बंदे नाल बण गईआं ने है, असीं चलदे आं हुण, नाल अपने मुंडे दा ख्याल रखी। हाँ भाई ठीक है, चंगा जी चलो। ठीक है भाई, चाह पानी भाई बह जो, चाह पिआउणा थोनू? नहीं नहीं चाह तां पी के आया। चंगा जी, सत श्री अकाल। Thank you.
चल चंगा फिर चाचा, जे कोई साढ़े लायक सेवा हो दसी। असी तो जगे नूं मिलन आए सी, इत्थे आके पता लग्या वी गल होर होई पई है। तू बड़ा फिक्र ना करया कर, परमात्मा भली करू, कित ऊँ ना वाधा वधा के बह जी। बीमार तो तू पहली होया पे, एवं टेंशन ले जाना। चलो फिर चलिए बे, चंगा चाचा, सत श्रीकाल। सत श्रीकाल, ध्यान रखी चाचा। कोई ना हौसला रखी। केड़े हौसले रखा भरावो, रब करे कुड़ी आले मन जन, मेरे जग्गे की जिंदगी बन जे। हुण तां रब ही रब। आ किदा बजन लग पिया अंदर फोन, मैनू लगदा स्वीटी दा फोन बजदा। कुड़े स्वीटी, स्वीटी। हाँ जी मम्मी जी। आ मैनू लगदा तेरा अंदर फोन बजदा। अच्छा अच्छा, देख दिया मैं जाके। देख मेरी ती, किते दीपे होना दा ना फोन होवे, ओने दसना ना होवे किते, शायद असी किते रुक गए हैं। जा भग जा, देख ले। हेलो। हाँ जी वीर जी, किमें हो? मैं वधिया, तू सुना? सब वधिया वीर जी, तुसी दसो, काम काज ठीक चल रहा है? चाची बहुत ढिल्ली है। क्यों, की हो गया चाची जी नू? तुसी आजो, छेती है, उतर हफ्ते दो हफ्ते दी हुई है बस। तुसी फिकर ना करो, असी आज ही टिकटा बुक करा लेने हैं, ते कल फ्लैट लेके असी इत्थे आ जांगे। चल चंगा, कह दी जीजे नू। तेरा जीजा आंदा ना वीरे, ओनू कह देनी है। चंगा, सत श्री अकाल। ले चाची जी नू की हो गया? चंगे भले तो हैगी सी आ जी। की दा फोन सी? दीप वीरे दा फोन आया सी कनेडा तो। मम्मी जी, चाची दी ना सेहत बहुत ज्यादा खराब हुई पी आ। वीर जी कहंदे सी बस एक दो वीक ही होर ने। हुण फिर आपां वापस चलिए, बाद च जांदा कोई फायदा नहीं। फिर भाई बंदे दा की भरोसा, मैं तां कहना तुसीं जाके संभालो। मेरे ते दीप दा ना चाची जी बाले ही करदे ने। फिर तां भाई सानूं जाणा चाहीदा। दिलीप कुरे, तू मेरी बैंक वाली कापी दे, मैं टिकटा कराया मैंने दिया। तू अपने बैग पैक कर ला है, मैं तो बापू जाके ना टिकटा कन्फर्म कर लेनी। ठीक है जी, मैं बैग पैक कर दिया, तुसी ना जाके छेती पता कर लो। तू पैक कर बस। चल भाई फिर चलिए। ओए आ जाओ हुण, गड्डी वाला डिग्गी जांदा। आ जाओ आ जाओ आ जाओ भाई आ जाओ। तू कह दो अखां भरी आई। बस जी, इन्हां ने तां जाना ही आ, अज नहीं जांदे दो दिन ठहर के भग जांदे। बस जी, उही अखां चों हंझू आ गए। सोचदी सी किन्ना दिल लग्या होया सी, मेरा तां जमा ही जी नहीं लगना। ओ कमलिए, इन्हां दी भी मजबूरी आ। हाँ वो चल पाई रख समान, इन्होंने भी जाके सामना। चाची बीमार है जी, पता तो हैगा तेनू। मम्मी जी सच्ची कहा, मेरा भी जाने दिल नहीं कर रहा, पर की करिए, जाना पैना सानू, मजबूरी आ। कोई ना बेबे, अगले साल फिर आवांगे। मम्मी जी थोड़े वालों मिले प्यार नू मैं हमेशा याद रखूंगी। बेबे असी परदेसी बंदे, परदेसी ने परदेस ही रहना। ओ चल छड, जान देना नू। हैं चलो चको समान। वाह परमिंदर सिंह बराड़ नू प्यार ता दे दे, ए आ फड़। ना ना बापू जी, पैसे दी की लोड़ है, साडे कोले हैगे ने। ओ रख ला भाई, ए दा शगन हुंदा। हैं रख ला, राज खवा दे जवाक नूं कुछ। मम्मी जी सच दसा, थोनू ना छड़ के जानू जमा दिल नहीं कर रहा मेरा। ओ, कोई ना, इन्हां दा गेड़ा हुण कनेडा लवावांगे, उत्थे जाके कागज लाउणा मैं। हाँ बस ठीक है पुत, चलिए चलो बाहर गड्डी वाला दिखी जाना। चलो आ जाओ। चलो भाई।